पौड़ी तुर कर्म जिना को तुद पाया ता तिनी खसम ते आया। तुर कर्म जिना को तुद पाया जिना वास्ते ते तुरो कृपा कीती है ते तुर दरगाहों कृपा कीती है आप तिनी खसम ते आया। देखो जपना नहीं हैगा जपया उन्हां दा होया ਜਪਿਆ ਤਾਂ ਹੋਇਆ ਤੇ ਆਇਆ ਤਾਂ ਅੱਡ ਗੱਲ ਹੈ ਤਾਂ ਤਿੰਨੀ ਖਸਮ ਤੇ ਆਇਆ ਤੇ ਆਉਣਾ ਹੋਰ ਗੱਲ ਹੈ ਜਪਣਾ ਹੋਰ ਗੱਲ ਤੇ ਆ ਹੁੰਦਾ ਟਿਕ ਕੇ ਜਪ ਹੁੰਦਾ ਟਿਕਣ ਵਾਸਤੇ ਜਪ ਤਾਂ ਟਿਕਣ ਵਾਸਤੇ ਹੈ ਜਪ ਤੋਂ ਬਾਅਦ ਧਿਆਨ ਦੀ ਗੱਲ ਹੈ ਫਿਰ ਕੀ ਹੈ ਤੁਹਾਨੂੰ ਮੈਂ ਧਿਆਨ संसार ध्यान नहीं है तुम में ध्यान कितों शब्द प्रगट होना है बिना कन्ना सुन वाला उसे ध्यान है ध्यान नाले सुनना है वो कन्ना नाल नहीं सुनना सुरत की समझ सुरत की शब्द ना मेल होना जी कन्ना दे विच समा के सुरत सुनती थी वह सुरत हूँ डायरैक्ट सुनती है कन्ना च भी सुरते सुनती थी कन्नी सुरत समाज ਜਿਹੜੀ ਕੰਨਾਂ ਨਾਲ ਸੁਣਦੀ ਤੀ ਹਿਰਦੇ ਹਿਰਦੇ 'ਚੋਂ ਡਾਇਰੈਕਟ ਸੁਣਦੀ ਹੈ ਸੁਰਤ ਧਿਆਨ ਹੈ ਧਿਆਨ ਜਪਣ ਤੋਂ ਬਾਅਦ ਦੀ ਸਟੇਜ ਦੀ ਗੱਲ ਹੈ ਜਦੋਂ ਦੋ ਪਦਾਰਥ ਪਹਿਲਾਂ ਮਿਲ ਜਾਂਦੇ ਨੇ ਉਹਦੇ ਬਾਅਦ ਧਿਆਨ ਟਿਕਦਾ ਹੈ ਉਹਦੇ ਬਾਅਦ ਦਾ ਬਾਅਦ ਦੀ ਗੱਲ ਹੈ ਇੱਥੇ ਨਿਰਾਕਾਰੀ ਦੁਨੀਆਂ ਦੀ ਗੱਲ ਮਹਿਜ਼ ਰਹਿ ਜਾਂਦੀ ਹੈ ਸਰੀਰ ਖਤਮ ਹੋ ਜਾਂਦਾ ਇੱਥੇ ਆ ਕੇ ਸਰੀਰ ਦਾ ਕੋਈ ਫੰਕਸ਼ਨ ਹੀ ਨਹੀਂ ਰਿਹਾ ਸਰੀਰ ਦਾ ਕੋਈ ਵਜੂਦ ਨਹੀਂ ਜੇ ਮਾੜਾ ਮੋਟਾ ਰਿਹਾ ਸਰੀਰ ਦਾ ਵਜੂਦ ਤਾਂ ਦਿਮਾਗ ਦਾ ਤ੍ਰਿਕੁਟੀ ਦਾ ਥੋੜ੍ਹਾ ਜਿਹਾ ਦਿਮਾਗ ਦਾ ਵਜੂਦ ਹੈ ਥੋੜ੍ਹਾ ਜਿਹਾ ਬਸ ਹੋਰ ਕੁਛ ਕਿਉਂਕਿ ਧਿਆਨ ਬਰੇਨ 'ਚ ਆ ਕੇ ਸੁਰਤ ਬਰੇਨ 'ਚ ਆ ਕੇ ਹੀ ਉੱਥੇ ਅੰਦਰ ਹੋਣੀ ਰੱਸੀ ਉੱਠ ਕੇ ਬਰੇਨ 'ਤੇ ਵਿਜਦੀ ਹੋਈ ਹੋਣੀ ਇੰਨਾ ਕਿ ਹੋਰ ਕੁਛ ਜੇ ਇਹ ਬਣਾ ਹੋਵੇ ਇੰਨਾ ਵੀ ਨਾ ਹੁੰਦਾ ਤਾਂ ਇਹ ਨਹੀਂ ਸੀ ਕਹਿੰਦਾ ਕਿਹਾ ਜਾਂਦਾ ਮਾਤਾ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਹਰ ਤਾਂ ਇਹ ਨਹੀਂ ਸੀ ਕਿਹਾ ਜਾਂਦਾ ਏਕ ਬੂੰਦ ਜਲ ਕਾਰਨੇ ਚਾਤਰਕ ਦੁੱਖ ਪਾਵੇ ਅਜੋ ਸਰੀਰ ਦੀ ਲੋੜ ਹੈ ਪ੍ਰਾਣ ਗਏ ਪ੍ਰਾਣ ਤਾਂ ਸਰੀਰ ਦੇ ਨੇ ਅਜੋ ਸਰੀਰ ਦੀ ਲੋੜ ਹੈ ਭਾਵੇਂ ਧਿਆਨ ਹੈ ਬਸ ਉਹ ਤੋਂ ਬਰੇਨ ਦੀ ਲੋੜ ਹੈ ਛੇਵੇਂ ਘਰ ਦੀ ਲੋੜ ਹੈ ਪੰਜ ਗਿਆਨ ਇੰਦਰਾਂ ਦੀ ਕੋਈ ਲੋੜ ਨਹੀਂ ਪੰਜ ਗਿਆਨ ਇੰਦਰਾਂ ਦੀ ਕੋਈ ਲੋੜ ਨਹੀਂ ਤ੍ਰਿਕੁਟੀ ਚੋਂ ਧਿਆਨ ਹਿਰਦੇ 'ਚ ਰੱਖਣਾ ਪਹਿਲਾਂ ਤ੍ਰਿਕੁਟੀ 'ਚ ਧਿਆਨ ਬਾਹਰ ਖਿੰਡਦਾ ਸੀ ਕੰਨਾਂ 'ਤੇ ਅੱਖ ਮਾਇਆ ਨਾਲ ਜੁੜਦਾ ਤਾ ਹੁਣ ਤ੍ਰਿਕੁਟੀ ਦਾ ਧਿਆਨ ਸਾਰਾ ਅੰਦਰ ਦਿਮਾਗ ਨਾਲ ਖੋਜਣਾ ਕੀ ਖੋਜਣਾ ਦਿਲ ਦਿਮਾਗ ਨਾਲ ਖੋਜਣਾ ਕੀ ਖੋਜਣਾ ਖੋਜਣਾ ਦਿਲ ਬੰਦੇ ਖੋਜ ਦਿਲ ਦਿਲ ਖੋਜਣਾ ਖੋਜਣ ਵਾਸਤੇ ਦਿਮਾਗ ਦੀ ਲੋੜ ਹੈ ਪਰ ਖੋਜਣਾ ਦਿਲ ਗੁਰਮੁਖ ਢੂੰਡ ਢੁੰਡੇਂਦਿਆਂ ਹਰ ਸੱਜਣ ਰਤਾ ਰਾਮ ਇਹ ਧਿਆਨ ਹੈ ਅੱਗੇ ਖੋਜ ਹੈ ਜਿਹੜੀ ਉਹ 'ਚ ਜਪ ਖਤਮ ਹੋ ਜਾਂਦਾ ਜਪ ਖਤਮ ਹੋ ਗਿਆ ਖੋਜ ਵਿੱਚ ਇੱਥੋਂ ਕੀ ਹੈ ਮਨ ਨਹੀਂ ਕੁਛ ਵੀ ਕਰ ਰਿਹਾ ਹੁਣ ਮਨ ਥਿਰ ਕਰਕੇ ਬੈਠਾ ਫਿਰ ਘਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਹੁਣ ਧਿਆਨ ਸਤਿਗੁਰ ਦਾ ਹੈ ਹਾਂ ਮਨ ਦਾ ਧਿਆਨ ਨਹੀਂ ਮਨ ਤਾਂ ਆਪ ਧਿਆਨ ਹੈ ਮਨ ਧਿਆਨ ਨੂੰ ਹੋ ਗਿਆ ਧਿਆਨ ਮਨ ਮਨ ਇੱਕ ਮਨ ਤਾਂ ਸੁਰਤ ਰੂਪ ਹੋ ਗਿਆ ਧਿਆਨ ਰੂਪ ਹੋ ਗਿਆ ਜਿਹਦਾ ਮਨ ਸੀ ਉਹਦੇ ਵਸ ਵਿੱਚ ਹੈ ਮਨ ਜਿਹਦਾ ਮਨ ਥਾ ਨਾ ਹੁਣ ਮਨ ਕੀ ਚਾਹੁੰਦਾ ਮਨ ਵਿੱਚ ਇੱਛਾ ਹੈ ਉਹੀ ਇੱਕ ਆਸ ਰੱਖੋ ਮਨ ਮਾਹੇ ਮਨ ਵਿੱਚ ਕੀ ਇੱਛਾ ਹਰ ਦਲ ਸੁਣ ਕੇ ਪਿਆਸ ਮਨ ਲੱਗ ਗਈ ਹਰ ਦਰਸ਼ਨ ਕੀ ਪਿਆਸ ਮਨ ਚ ਲੱਗੀ ਹੋਈ
ਉਹ ਮਨ ਸਿਰਫ ਹਰ ਦਰਸ਼ਨ ਮੇਰਾ ਮਨ ਲੋਚੈ ਹਰ ਗੁਰਦਰਸ਼ਨ ਤਾਹੀਂ ਲੋਚ ਗੁਰਦਰਸ਼ਨ ਦੀ ਹੈ ਜਿੱਥੇ ਗੁਰ ਹੋਊਗਾ ਦਰਸ਼ਨ ਉੱਥੋਂ ਹੀ ਹੋਣਗੇ ਪਰ ਦਸਵੇਂ ਦੁਆਰ ਦੇ ਵਿੱਚ ਜਾਂ ਗੁਰਦੁਆਰਾ ਦੇ ਵਿੱਚ ਇਹਨੂੰ ਕਹਿੰਦੇ ਨੇ ਗੁਰਦੁਆਰਾ ਜਿੱਥੇ ਹੁਣ ਮਨ ਦਾ ਧਿਆਨ ਹੈ ਨਾ ਇਹ ਜਗ੍ਹਾ ਗੁਰਦੁਆਰਾ ਹੈ ਇਹਨੂੰ ਕਹਿੰਦੇ ਨੇ ਗੁਰਦਰਸ਼ਨ ਨੇ ਗੁਰਦੁਆਰੇ 'ਚੋਂ ਮਿਲਣਾ ਯੋਗੀਆਂ ਨੇ ਪੁੱਛਿਆ ਸੀ ਨਾ ਗੁਰਦੁਆਰਾ ਕੀ ਹੈ ਇਸ ਜਗ੍ਹਾ ਨੂੰ ਗੁਰਦੁਆਰਾ ਕਿਹਾ ਸਾਡਾ ਜਿਹੜਾ ਵਾਲ ਗੁਰਦੁਆਰਾ ਉੱਥੋਂ ਤਾਂ ਪਤਾ ਲੱਗਣਾ ਵੀ ਗੁਰਦੁਆਰਾ ਤੇਰੇ ਅੰਦਰ ਹੈ ਜੇ ਤਾਂ ਇਹ ਉੱਥੋਂ ਪਤਾ ਲੱਗਦਾ ਗੁਰਦੁਆਰਾ ਕਿੱਥੇ ਹੈ ਗੁਰਦੁਆਰਾ ਹੈ ਕਿੱਥੇ ਗੁਰ ਹਰ ਕਾ ਦੁਆਰ ਕਿੱਥੇ ਹੈ ਉਹਨੇ ਹਰ ਕਾ ਦੁਆਰ ਕਹਿਤਾ ਹਰ ਹਰ ਗੁਰ 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 ਹਰ 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 ਗੁਰਦੋ ਇੱਕ ਨੇ ਨੌ ਦੋ ਨੇ ਚਾਹੇ ਹਰਦੁਆਰੋਂ ਕਹਿ ਲਓ ਉਹਨਾਂ ਨੇ ਹਰਦੁਆਰ ਕਹਿਤਾ ਇਹਨਾਂ ਨੇ ਗੁਰਦੁਆਰ ਕਹਿਤਾ ਗੱਲ ਤਾਂ ਇੱਕੋ ਹੀ ਹੈ ਗੁਰਦੁਆਰੇ ਤੋਂ ਤਾਂ ਪਤਾ ਲੱਗਣਾ ਸੀ ਵੀ ਗੁਰਦੁਆਰਾ ਅਸਲੀ ਤੇਰੇ ਅੰਦਰ ਹੈ ਪਰ ਉਹ ਤਾਂ ਇਹ ਵੀ ਨਹੀਂ ਦੱਸਦੇ ਉਹ ਤਾਂ ਕਹਿੰਦੇ ਇਹੀ ਗੁਰਦੁਆਰਾ ਉਹ ਇਹ ਜਾਂ ਤਾਂ ਪੜਾਅ 'ਚ ਵੀ ਹੈ ਫਿਰ ਇਹ ਜਦ ਇੱਕ ਮੰਨ ਲਏ ਤਿੰਨ ਤਿੰਨ ਨੇ ਕਿਹੜੇ ਧਿਆਨ ਲਾਵੇ ਜੋ ਗੱਲ ਦੱਸਣ ਵਾਲੀ ਸੀ ਉਹ ਨਹੀਂ ਦੱਸ ਰਹੇ ਜੇ ਦੱਸਣ ਦੁਕਾਨਦਾਰੀ ਫੇਲ ਹੁੰਦੀ ਹੈ ਇਹ ਤਾਂ ਗਿਆਨ ਇਹ ਨਹੀਂ ਉਹਨਾਂ ਨੂੰ ਆਪੇ ਗਿਆਨ ਨਹੀਂ ਜੇ ਗਿਆਨ ਹੋਵੇ ਤਾਂ ਦੱਸਦੇ ਨਹੀਂ ਉਹ ਕਹਿੰਦੇ ਇਹ ਗੱਲ ਨਾ ਦੱਸੋ ਇਹਦੇ ਨਾਲ ਤਾਂ ਆਪਣੀ ਖੋਲ ਕੇ ਬੰਦ ਹੋ ਜੂ ਜੇ ਦੱਸੇ ਵੀ ਕੋਈ ਤਾਂ ਉਹਨਾਂ ਨੂੰ ਪ੍ਰੋਬਲਮ ਆਉਂਦੀ ਹੈ ਬੜੀ ਮੁਸ਼ਕਲ ਨਾਲ ਦੁਕਾਨ ਕਾਮਯਾਬ ਕੀਤੀ ਹੈ ਬਰਾਬਰ ਮੁਕਾਬਲੇ 'ਚ ਦੋਈ ਤੁਸੀਂ ਦੱਸਣ ਲੱਗੇ ਫੇਲ ਹੋ ਜੂ ਤੁਰ ਕਰਨ ਨੂੰ ਜਿਹਨਾਂ ਕੋਲ ਤੁੱਧ ਪਾਇਆ ਤਾਂ ਤਿੰਨੀ ਖਸਮ ਤੇ ਆ ਖਸਮ ਦੇ ਵਿੱਚ ਧਿਆਨ ਕਿਹਨੇ ਰੱਖੇ ਤਾਂ ਤੁਰੋ ਕਿਰਪਾ ਪਰਮੇਸ਼ਰ ਦੀ ਵੀ ਨਿਗਾਹ ਸਿੱਧੀ ਹੈ ਕੋਈ ਇਹੋ ਜਿਹੀ ਘਟਨਾ ਵਾਪਰਨਾ ਨਹੀਂ ਦਿੰਦਾ ਜਿਹਨੇ ਉਹਦਾ ਧਿਆਨ ਡਿਸਟਰਬ ਹੋ ਗਿਆ ਸਾਧੇ ਰਹੋ ਸਾਧੇ ਰਹੇ ਆਦ ਵਿਆਦ ਨੂੰ ਫਿਰ ਆਪੇ ਰੋਕ ਰਿਹਾ ਸਾਈਡ ਤੋਂ ਜਿਹੜਾ ਚਰਵਾਹਾ ਹੁੰਦਾ ਉਹਦਾ ਕੀ ਕੰਮ ਹੈ ਕਿਸੇ ਖਤਰੇ ਤੋਂ ਆਪਣੇ ਜਿਹੜੇ ਨੇ ਨਾ ਪਸ਼ੂ ਉਹਨਾਂ ਨੂੰ ਬਚਾਉਣਾ ਉਹਦੀ ਡਿਊਟੀ ਹੈ ਭੇਡਾਂ ਬੱਕਰੀਆਂ ਵਾਲੇ ਕੁੱਤੇ ਵੀ ਰੱਖਦੇ ਨੇ ਉਹਨਾਂ ਜਾਨਵਰ ਜਾਣਦੇ ਨੇ ਵੀ ਕੁੱਤੇ ਸਾਡੀ ਰੱਖਿਆ ਵਾਸਤੇ ਕੁੱਤਿਆਂ ਤੋਂ ਨਹੀਂ ਲੈਲੇ ਡਰਦੇ ਜੇ ਗਿੱਦੜ ਕੋਈ ਦੇਖ ਜਾਓ ਤਾਂ ਡਰਨਗੇ ਗਿੱਦੜ ਤਾਂ ਉਹਨਾਂ ਨੂੰ ਖਾ ਜੂਗਾ ਚੱਕ ਕੇ ਲੈ ਜੂਗਾ ਚਾਹੇ ਉਹਨਾਂ ਨੂੰ ਨਹੀਂ ਦੇਖਿਆ ਕੋਈ ਖਾਂਦਾ ਪਰ ਉਹਨਾਂ ਨੂੰ ਓਪਰੀ ਚੀਜ਼ 'ਤੇ ਡਰ ਹੈ ਓਪਰੇ ਬੰਦੇ ਕੋਲ ਤਾਂ ਬੱਚਾ ਨਹੀਂ ਜਾਂਦਾ ਵਿਸ਼ਵਾਸ ਨਹੀਂ ਹੋ ਉਹ ਆਪ ਰੱਖਿਆ ਕਰਦਾ ਇੱਥੇ ਕਹਿੰਦਾ ਡੋਲਣ 'ਤੇ ਰੱਖੋ ਪ੍ਰਭੂ ਪਰ ਇੱਥੋਂ ਡੋਲਣ ਦੀ ਰੱਖਿਆ ਦਾ ਕੰਮ ਸ਼ੁਰੂ ਹੋ ਜਾਂਦਾ ਇਹ ਧਿਆਨ ਅਡੋਲ ਰਹਿ ਕੇ ਹੀ ਹੋ ਸਕਦਾ ਵਰਨਾ ਨਹੀਂ ਹੋ ਸਕਦਾ ਡੋਲਿਆ ਦਾ ਧਿਆਨ ਦੂਏ ਪਾਸੇ ਚਲਾ ਗਿਆ ਤਦ ਤਿੰਨੀ ਖਸਮ 'ਤੇ ਆਇਆ ਇਹਨਾਂ ਜਨਤਾ ਕੇ ਵਸ ਕਿਛ ਨਾਹੀਂ ਤੁਤ ਵੇਖੀ ਜਗਤ ਉਪਾਇਆ ਇਹ ਹੁਣ ਸੱਚ ਦੀ ਖੋਜ ਹੈ ਖਸਮ 'ਤੇ ਆਇਆ ਸੱਚ ਦੀ ਖੋਜ ਹੈ ਸੰਤੋਖੀ ਪਹਿਲਾਂ ਹੀ ਆ ਉਹ ਸੱਚ ਮਿਲਿਆ ਸੰਤੋਖੀਆਂ ਸੰਤੋਖੀਆਂ ਸੰਤੋਖੀ ਤਾਂ ਪਹਿਲਾਂ ਹੀ ਹੈ ਜੇ ਸੰਤੋਖੀ ਹੈ ਮਾਇਆ ਵੱਲ ਤਾਂ ਝਾਕਦਾ ਹੀ ਨਹੀਂ ਮਾਇਆ ਵੱਲ ਨਹੀਂ ਝਾਕਦਾ ਉਹਨੂੰ ਪਤਾ ਮੈਂ ਚਾਕਾਂ ਨਾ ਚਾਕਾਂ ਬਾਟੇ 'ਚ ਪੈ ਜਾਣਾ ਮੇਰੇ ਬਾਟੇ ਰੱਖੇ ਨੇ ਲਾਈਨ ਦੇ ਵਿੱਚ ਸਾਰੇ ਬੈਠੇ ਨੇ ਥਾਲੀਆਂ ਪਈਆਂ ਨੇ ਲਾਈਨ ਦੇ ਵਿੱਚ ਤੂੰ ਵਰਤਾਵੇ ਵਰਤਾਉਣ ਆਉਂਦੇ ਨੇ ਤੂੰ ਥਾਲੀ ਧਿਆਨ ਰੱਖਣਾ ਰੱਖ ਉਹਨਾਂ ਨੇ ਤਾਂ ਪਾ ਜਾਣਾ ਜੋ ਕੁਛ ਹੈ ਉਹਨਾਂ ਦੇ ਕੋਲ ਵਰਤਾਵੇ ਆਏ ਨੇ ਲਾਈਨ ਸਾਰਿਆਂ ਨੂੰ ਪਾਇਆ ਜਾਣਾ ਖੀਰ ਹੈ ਖੀਰ ਪਾਈ ਜਾਣੀ ਜੋ ਕੁਛ ਹੈ ਉਹਨਾਂ ਕੋਲ ਪਾ ਜਾਣਾ ਉਹਨੇ ਤੂੰ ਧਿਆਨ ਰੱਖ ਜਾ ਨਾ ਰੱਖ ਉੱਥੇ ਤੁਹਾਨੂੰ ਮਿਲੀ ਜਾਣਾ ਉਹਦੇ ਨਾਲ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਵਿਸ਼ਵਾਸ ਕਿਹਨੂੰ ਹੋਵੇ ਸੰਤੋਖੀ ਨੂੰ ਵਿਸ਼ਵਾਸ ਹੈ ਦੂਏ ਨੂੰ ਵਿਸ਼ਵਾਸ ਨਹੀਂ ਸਿਰਫ ਗੁਰਬਾਣੀ ਵਿਸ਼ਵਾਸ ਪੈਦਾ ਕਰਦੀ ਹੈ ਜੇ ਆ ਜਾਵੇ ਕੋਈ ਵਿਸ਼ਵਾਸ ਕਿਸੇ ਦਾ
ਵਿਸ਼ਵਾਸ ਦਵਾਉਂਦੀ ਹੈ ਜੇ ਅਸੀਂ ਮੰਨ ਲਈਏ ਗੁਰਬਾਣੀ ਨੂੰ ਵਿਸ਼ਵਾਸ ਹੋ ਜਾਂਦਾ ਭਰੋਸਾ ਕਰ ਲਈਏ ਜਾਂ ਨਾ ਭਰੋਸਾ ਕਰੀਏ ਵਿਸ਼ਵਾਸ ਨਹੀਂ ਹੁੰਦਾ ਗੁਰਬਾਣੀ 'ਤੇ ਯਕੀਨ ਕਰ ਲਈਏ ਤਾਂ ਵਿਸ਼ਵਾਸ ਕਰ ਲਈਏ ਤਾਂ ਭਰੋਸਾ ਸਾਡਾ ਸੰਤੋਖ ਹੋ ਜੂਗਾ ਸਾਨੂੰ ਸ਼ਰਧਾ ਦੀ ਗੱਲ ਨਹੀਂ ਹੈ ਗੁਰਬਾਣੀ 'ਚ ਵਿਸ਼ਵਾਸ ਭਰੋਸੇ ਦੀ ਗੱਲ ਹੈ ਸ਼ਰਧਾਵਾਨ ਤਾਂ ਥਾਲੀ 'ਤੇ ਧਿਆਨ ਰੱਖਦਾ ਸ਼ਰਧਾਵਾਨ ਸ਼ਰਧਾ ਤਾਂ ਧਿਆਨ ਹੈ ਥਾਲੀ 'ਚ ਕਹਿੰਦੀ ਰੱਖ ਆਪਣੀ 'ਚ ਕੀ ਪੈਂਦਾ ਉਹ ਕਹਿੰਦਾ ਮੈਂ ਆਹ ਕਰਤਾ ਮੇਰੀ ਥਾਲੀ 'ਚ ਪਾ ਕੇ ਪਾਉਣ ਮੈਂ ਤਾਂ ਤੇਰਾ ਕੰਮ ਕਰਤਾ ਜਿਹੜਾ ਮੈਂ ਕਿਹਾ ਸੀ ਮੇਰੀ ਥਾਲੀ 'ਚ ਹੁਣ ਜੋ ਮੈਂ ਮੰਗਦਾ ਸੀ ਪਾ ਸ਼ਰਧਾਵਾਨ ਦਾ ਧਿਆਨ ਹਮੇਸ਼ਾ ਥਾਲੀ 'ਚ ਇਹ ਕੋਈ ਦੱਸੇ ਸ਼ਰਧਾਵਾਨ ਨੂੰ ਕੀ ਮਿਲੂ ਕਿਵੇਂ ਮਿਲੂ ਇਹ ਦੱਸਣ ਵੀ ਕਿਵੇਂ ਮਿਲੂ ਉਹਨੂੰ ਕਦ ਮਿਲੂ ਜੋ ਕੁਛ ਮਿਲੂਗਾ ਸ਼ਰਧਾਵਾਨ ਨੂੰ ਥਾਲੀ 'ਚ ਮਿਲੂਗਾ ਔਰ ਇਹੀ ਉਹਦੀ ਇੱਛਾ ਇਹ ਤੋਂ ਕਹਾਂ ਸ਼ਰਧਾਵਾਨ ਦੀ ਇੱਛਾ ਕਦੇ ਰਹੀ ਹੋਈ ਨਹੀਂ ਹਿੰਦੂ ਮਤ ਵਿੱਚ ਸ਼ਰਧਾ ਮਾਇਆ ਤੋਂ ਬਿਨਾਂ ਗਾਹਾਂ ਉਹਨਾਂ ਦੀ ਕੋਈ ਮੰਗੇ ਨਹੀਂ ਮਾਇਆਧਾਰੀਆਂ ਦੀ ਸ਼ਰਧਾ ਹੁੰਦੀ ਹੈ ਮਾਇਆ ਹੀ ਮੰਗਦੇ ਹੁੰਦੇ ਨੇ ਪਦਾਰਥ ਦੁਨਿਆਵੀ ਪਦਾਰਥ ਮੰਗਦੇ ਨੇ ਰਿੱਧੀਆਂ ਸਿੱਧੀਆਂ ਵੀ ਦੁਨਿਆਵੀ ਪਦਾਰਥ ਇਹਨਾਂ ਜਨਤਾ ਕੇ ਬਸ ਕੁਛ ਨਹੀਂ ਤੁਧ ਵੇਖੀ ਜਗਤ ਉਪਾਇਆ ਇਹਨਾਂ ਜਨਤਾ ਦੇ ਬਸ ਵਿੱਚ ਕੁਛ ਨਹੀਂ ਹੈ ਨਾ ਤਾਂ ਆਪਣੀ ਥਾਲੀ ਭਰ ਸਕਦੇ ਨੇ ਆਪਣੀ ਮਰਜ਼ੀ ਨਾਲ ਨਾ ਆ ਲੋਕ ਨਾ ਪਰਲੋਕ ਇਹਨਾਂ ਨੂੰ ਕੁਛ ਵੀ ਨਹੀਂ ਮਿਲਦਾ ਇਕੱਲਿਆਂ ਨੂੰ ਜੇ ਆਪਣੇ ਯਤਨ ਨਾ ਕਰਨ ਇਹ ਲੋਕ ਤਾਂ ਕੁਛ ਵੀ ਨਹੀਂ ਕਰ ਸਕਦੇ ਆਪਣੇ ਯਤਨ ਨਾਲ ਮਾਇਆ ਦੇ ਵਿੱਚ ਪਰਲੋਕ ਦਾ ਅੱਧਾ ਕੰਮ ਇਹ ਕਰ ਸਕਦੇ ਨੇ ਇਹਨਾਂ ਦੇ ਕਰਨ ਵਾਲਾ ਜ਼ਿਆਦਾ ਕੰਮ ਹੈ ਤੇਰੀ ਤਾਂ ਕਿਰਪਾ ਹੀ ਕਿਰਪਾ ਨਾਲ ਕਰਨਾ ਤਾਂ ਇਹਨਾਂ ਨਹੀਂ ਪੈਣਾ ਕਰਨਾ ਇਹਨਾਂ ਨੂੰ ਪੈਣਾ ਤੂੰ ਕੀ ਕਰਦਾ ਕਿਰਪਾ ਕੀ ਹੈ ਕੋਈ ਵਿਘਨ ਨਾ ਪੈ ਜਾਏ ਕੋਈ ਵਿਘਨ ਨਾ ਪੈ ਜਾਏ ਵਿਘਨ ਵਿਨਾਸ਼ਨ ਸਭ ਦੁੱਖ ਨਾਸ਼ਨ ਸਤਿਗੁਰ ਨਾਮ ਨਾਮ ਹੀ ਐਸਾ ਦਿੱਤਾ ਜਿਹਦੇ ਨਾਲ ਵਿਘਨ ਨਹੀਂ ਲੱਗਦਾ ਪਰ ਫਿਰ ਵੀ ਆਪ ਧਿਆਨ ਰੱਖਦਾ ਆਪ ਮਦਦ ਕਰਦਾ ਕਿਉਂ ਭਰੋਸਾ ਜੋ ਉਹਦੇ 'ਤੇ ਕੀਤਾ ਤੇਰੇ ਭਰੋਸੇ ਪਿਆਰੇ ਸਭ ਪਰਿਵਾਰ ਚੜ੍ਹਾਇਆ ਬੇੜੇ ਦੀਨ ਦਿਆਲ ਭਰੋਸੇ ਤੇਰੇ ਭਰੋਸਾ ਕਰਕੇ ਹੈ ਸਭ ਪਰਿਵਾਰ ਚੜ੍ਹਾਇਆ ਬੇੜੇ ਜੇ ਤੇਰੇ 'ਤੇ ਭਰੋਸਾ ਕੀਤਾ ਤਾਂ ਬਾਹੇ ਗਏ ਕਿ ਲਾਜ ਅਸ ਬਾਂਹ ਫੜੀ ਹੈ ਤੈਂ ਮੈਨੂੰ ਕਿਹਾ ਵੀ ਬੇੜੇ 'ਤੇ ਚੜ੍ਹ ਜਾ ਜੇ ਤੈਂ ਚੜ੍ਹਾਇਆ ਫਿਰ ਤੂੰ ਤੇਰਾ ਕਹਿਣਾ ਮੰਨ ਕੇ ਚੜ੍ਹਿਆ ਤੇਰੀ ਹਮਦਰਦੀ ਵੀ ਤਾਂ ਫਿਰ ਨਾਲ ਹੈ ਨਾ ਤੇਰੇ ਭਰੋਸੇ ਸਭ ਪਰਿਵਾਰ ਚੜ੍ਹਾਇਆ ਬੇੜ ਬਾਹੇ ਕਹੇ ਕਿ ਲਾਜ ਅਸ ਤੂੰ ਵੀ ਆਪਣੀ ਬਾਹੇ ਕਹੇ ਦੀ ਤੈਨੂੰ ਲਾਜ ਆ ਜੇ ਅਸੀਂ ਡੁੱਬੀਏ ਜੇ ਡੁੱਬਦੇ ਲਾਜ ਤਾਂ ਤੈਨੂੰ ਹੈ ਤੁਧ ਵੇਖੀ ਜਗਤ ਉਪਾਇਆ ਤੈਂ ਬਹੁਤ ਰੰਗਾਂ ਰੂਪਾਂ ਨਾਲ ਭਾਂਤ ਭਾਂਤ ਵੇਖੀ ਤਾਂ ਉਹਦਾ ਭਾਂਤ ਭਾਂਤ ਤਰ੍ਹਾਂ ਤਰ੍ਹਾਂ ਨਾਲ ਜਗਤ ਪੈਦਾ ਕੀਤਾ ਹੋਇਆ ਭਾਂਤ ਭਾਂਤ ਦੀਆਂ ਜੂਨਾਂ ਨੇ ਇੱਕ ਨਾ ਨੋ ਤੂੰ ਮੇਲ ਲੈਂ ਇੱਕ ਆਪੋ ਤੁਧ ਖੁਆਇਆ ਇੱਕ ਨਾ ਨੂੰ ਤੂੰ ਮੇਲ ਲੈਂਦਾ ਇੱਕ ਆਪਣੇ ਆਪ ਤੋਂ ਦੂਰ ਹੋ ਜਾਂਦੇ ਨੇ ਆਪੋ ਤੁਧ ਖੁਆਇਆ ਉਹ ਆਪਣੇ ਮੂਲ ਤੋਂ ਹੀ ਦੂਰ ਹੁੰਦੇ ਨੇ ਹੋਰ ਕੀ ਆਪੋ ਤੁਧ ਖੁਆਇਆ ਤੁਧ ਕਿਵੇਂ ਖੁਆਇਆ ਉਹ ਅਰਥਾਂ ਦੇ ਅਨਰਥ ਕਰਕੇ ਆਪਣੇ ਆਪ ਤੋਂ ਦੂਰ ਹੋ ਜਾਂਦੇ ਨੇ ਸਿੱਖ ਸਿੱਖੀ ਤੋਂ ਦੂਰ ਕਿਉਂ ਹੋ ਗਏ ਅਰਥਾਂ ਦੇ ਅਨਰਥ ਕਰਕੇ ਸਿੱਖੀ ਤੋਂ ਨਹੀਂ ਦੂਰ ਹੋਏ ਅਸਲ 'ਚ ਉਹ ਸਿੱਖੀ ਤੋਂ ਕੋਈ ਨਹੀਂ ਦੂਰ ਹੋਇਆ ਸਿੱਖੀ ਤੋਂ ਦੂਰ ਹੋ ਕੇ ਕਿੱਥੇ ਜਾਊਗਾ ਉਹ ਆਪਣੇ ਮੂਲ ਤੋਂ ਦੂਰ ਹੋਏ ਹੋਏ ਨੇ ਆਪਣੇ ਮੂਲ ਤੋਂ ਦੂਰ ਹੋਣਾ ਹੀ ਸਿੱਖੀ ਤੋਂ ਦੂਰ ਹੋਣਾ ਹੈ ਸਿੱਖੀ ਮੂਲ ਨਾਲ ਜੋੜਦੀ ਹੈ ਤੁਸੀਂ ਮਾਇਆ ਨਾਲ ਜੁੜਦੇ ਹੋ ਉਹ ਸਿੱਖੀ ਮੂਲ ਤੇਰਾ ਸੱਚ ਹੈ ਸੱਚ ਨਾਲ ਜੋੜਦੀ ਹੈ ਤੁਸੀਂ ਝੂਠ ਨਾਲ ਮਾਇਆ ਨਾਲ ਜੁੜਦੇ ਹੋ ਝੂਠੀ ਮਾਇਆ ਨਾਲ ਜੁੜਦੇ ਹੋ ਆਹੀ ਖੋਇਆ ਹੋਇਆ ਹੋਰ ਖੁਆਇਆ ਕਿਹੜਾ ਕਿਤੇ ਬਹੁਤ ਦੂਰ ਜਾ ਕੇ ਖੋ ਗਿਆ ਮੂਲ ਅੰਦਰ ਹੈ
सच अंदर है झूठ बाहर है, बाहर भी कहते दूर नहीं झूठा, आ शरीर झूठ का ही है। आ जड़ा दे पंजा तत्तां दा शरीर है यही झूठ है। जदों जम्मिया सी सच नाल जुड़िया होया सी, जम्मण तो पहलां जब लिव लगी थी सच नाल लगी हुई सी, लिव छुटकी लगी कादी शरीर दी तृष्णा और कादी किते नहीं गया दूर, अंदरले शरीर नूं छड के अंतरात्मा दी आवाज़ नूं छड के शरीर नाल जुड़ गया। अंतरात्मा की जगह अपनी होर आवाज़ पैदा कर लग गया दिमाग चो, दिमाग चो माया जिहड़ी चीज़ देखता वह फुरना उठ कढ़ दा, जिहड़ी चीज़ देखता वह फुरना उठ कढ़ दा। इन्ना ही फर्क है तो गाहां कोई फर्क नहीं। ये जो फुरना उठता संसार नाल जुड़ता है, साढ़े जो फुरने उठते उ संसार नाल जुड़ते हैं। जिधर फुरने बंद हो गए संसार के बच्चे रहा संसार तो अलग हो जाता, जिदन माया के फुरने उठने बंद हो गए वह उदने मर गया है, संसार च रहा हो संसार तो अलग हो जाता। इतने ही है गुरबाणी हो बहुत दूर नहीं कहीं जाता है, दूर कितने जाने ने त्रिकुटी फुरने उठन गए, जे थले झाकू त्रिकुटी तो बाहर नहीं झाकू अखा करना ये सारे द्वारे बंद कर लू, बूंद लिए दरवाजे दरवाजे बाजी लिया बाजे, जब दरवाजे बंद कर ले तो फिर जिथे भी चाकू उथे आना तो शब्द बजता, बाहरले दरवाजे बंद करते फिर कमरे के बिचे अंदर चाकू का और कथे चाकू हो, दरवाजा तो खिड़की तो कोई रखी हुई नहीं। जिन्ना चर दरवाजे बंद नहीं करता उन्ना चर अंदरों खोज नहीं करता है, अंदरों खोज ता करू जब सब दरवाजे बंद हो जाएंगे फिर की है, फिर बाजी ले आनंद बाजे, आनंद बाजा तो अंदर है बाहर कितने है। और जो ऋषि मुनि ने उन्होंने होगा वो बाहर आकाशवाणी सुनते हैं, उन्होंने कुछ नहीं सुनिया कदे, वो सुनिया दिया पौड़िया च यही तो कहा सुनी ऐ सिद्ध पीर सुर नाथ, सुनी लफज है सुननी है बनाने सहारी है, सहारी बिहारी का कम करती होंगी पंजाबी, जो बिहारी लाने पहला कोई बिहारी नहीं लाता सुनी लफज, मुनी लफज भी सहारी ना लिखा है, मुनी भी जे मुनी लफज सहारी ना लिखा है सुनी कहते नहीं लिखा बी, जे शक्ति लिखा भगती लिखा सुनी कहते नहीं लिखा, इन्हों ज्ञान ही नहीं है पंजाबी वाले हिंदी का, उस पैटर्न उस पढ़ाई तरीके लिखी हुई है। आ जो नवे पंजाबी पढ़े हुए ना इन्होंने गालिया सारा काम, संथ्या ले नहीं किसी दुआबे पढ़ लग गए, सारे अर्थों के अनर्थ करते, मां बोली है, मां बोली है जिन्हें पंजाबी, मां बोली होंगी नहीं है कोई बोली भी माँ होंगी है, जिन्हें बोली माँ है उन्होंने फिर ना तो जिन्हें जन्म दिता वह माँ रही ना उन्होंने धरती माँ रही, ठीक है नी ना उन्होंने मत माँ रही, तीन मावं ने संसार ते एक तो जन्म देने वाली माँ है, दूजी धरती माँ है, जो कुछ मिलता पहला तो दुध जल माँ का पी लेता कि चर पीता फिर खाऊ कितों, माता धरत माँ वो माँ जो धरती तो पैदा होया कुछ खाऊ तो ही दुध पी ओदा माँ का दुध कितों आजू, वो भी तो आखिर तो धरती चो भी आना जो कुछ आना है, मिट्टी भी थोड़ी जी धरती चो शरीर तो ही बनया होया, फिर मत माता आ गई संतोख पिता आ गया, तिना चो उन्होंने कोई बीमारी उन्होंने तो माँ भी रुड़ गई बोली वाले की, तीन मावं का जिक्र है गुरबाणी च, जो उन्होंने बोली माँ है उन्होंने खबर कौन माँ है, उन्होंने तो यह भी नहीं पता माँ होंगी की है, माँ छड़ता बोली माँ बना लिया, वो बिल्कुल दिमाग ने ये तो अकलों बिल्कुल खाली ने, अकल उन्होंने कितों आनी, अकल वाला कोई खाना ही नहीं है उन्होंने,
ਤੁਧ ਵੇਖੀ ਜਗਤ ਵਾਇਆ ਇਕਨਾਂ ਨੂੰ ਤੂੰ ਮੇਲ ਲੈ ਇੱਕ ਆਪੋ ਤੁਧ ਖਵਾਇਆ ਇਕਨਾਂ ਨੂੰ ਤੂੰ ਮੇਲ ਲੈ ਤੂੰ ਮੇਲ ਲੈ ਕੌਣ ਅੰਦਰਲੇ ਨੂੰ ਸੰਬੋਧਨ ਅੰਤਰਾਤਮਾ ਨੂੰ ਸੰਬੋਧਨ ਜਿਹਨਾਂ ਨੂੰ ਤੂੰ ਮੇਲ ਲੈਂਦਾ ਉਹ ਇੱਕ ਹੋ ਜਾਂਦਾ ਤੂੰ ਉਹਨਾਂ ਨਾਲ ਰਲ ਕੇ ਇੱਕ ਹੁੰਦਾ ਤੂੰ ਵੀ ਇੱਕ ਉਹ ਔਰ ਤੂੰ ਰਲ ਕੇ ਇੱਕ ਹੁੰਦਾ ਇਹ ਯਾਰ ਉਹ ਜਬ ਮਿਲੇ ਮਿਲਤ ਨਾ ਜਾਣੇ ਕੋਈ ਇਹ ਇਹ ਕੌਣ ਇਹ ਮਨ ਹੈ ਉਹ ਕੌਣ ਹੈ ਤੂੰ ਹੈ ਇਹ ਮੈਂ ਆ ਉਹ ਤੂੰ ਹੈ ਮੈਂ ਔਰ ਤੂੰ ਜਦ ਦੋਵੇਂ ਮਿਲ ਜਾਂਦੇ ਨੇ ਫਿਰ ਇੱਕ ਹੋ ਜਾਂਦਾ ਜਦ ਮੈਂ ਔਰ ਤੂੰ ਦੋ ਮਿਲਦੇ ਨੇ ਨਾ ਮੈਂ ਰਹਿੰਦੀ ਹੈ ਨਾ ਤੂੰ ਰਹਿੰਦਾ ਦੋਵੇਂ ਨਹੀਂ ਰਹਿੰਦੇ ਫਿਰ ਕੀ ਹੋ ਜਾਂਦਾ ਫਿਰ ਇੱਕ ਮੈਂ ਤਾਂ ਕਮ ਸੇ ਕਮ ਰਹਿੰਦਾ ਨਹੀਂ ਨਾ ਪਹਿਲੀ ਸਟੇਜ 'ਤੇ ਮੈਂ ਨਹੀਂ ਰਹਿੰਦਾ ਪਹਿਲੀ ਸਟੇਜ 'ਤੇ ਕੀ ਹੈ ਤੂੰ ਤੂੰ ਕਰਦਾ ਤੂੰ ਪਿਆ ਕੁਝ ਮੈਂ ਰਿਹਾ ਨਾ ਹੂੰ ਫਿਰ ਜਿਹੜਾ ਤੂੰ ਰਹਿ ਗਿਆ ਉਹ ਕੀ ਕਰਦਾ ਉਹ ਗੁਰ ਸ਼ਬਦ ਸੁਭਾਵ ਹੈ ਅਮਰ ਨਾ ਜਾਣੇ ਕੋਈ ਉਹ ਸ਼ਬਦ ਰੂਪ ਹੋ ਜਾਂਦਾ ਤਾਂ ਹੀ ਉਹ ਕਹਿੰਦਾ ਹਲਦੀ ਪੀਰੀ ਹੈ ਚੂਨਾ ਚਿੱਟਾ ਜੇ ਦੋਏ ਰਲਾ ਦੀਏ ਨਾ ਹਲਦੀ ਰਹੀ ਨਾ ਚੂਨਾ ਰਿਹਾ ਰਹਿੰਦੇ ਦੋਏ ਨਹੀਂ ਦੋਨੋਂ ਵਰਣ ਗੋਏ ਦੋਏ ਨਹੀਂ ਰਹਿੰਦੇ ਜਾਂ ਬਿਰਸ਼ ਹੋ ਜਾਂਦਾ ਦੋਏ ਨਹੀਂ ਰਹਿੰਦੇ ਦੋਏ ਬਿਰਸ਼ ਵਿੱਚ ਸਮਾ ਜਾਂਦੇ ਨੇ ਦਾਲ ਦੇ ਦੋਨੋਂ ਪੱਖ ਬਿਰਸ਼ ਵਿੱਚ ਦੋਏ ਸਮਾ ਜਾਂਦੇ ਨੇ ਇੱਕ ਨਵੀਂ ਚੀਜ਼ ਪੈਦਾ ਹੁੰਦੀ ਹੈ ਨਾ ਮੈਂ ਰਿਹਾ ਨਾ ਤੂੰ ਰਿਹਾ ਫਿਰ ਕੌਣ ਹੋ ਗਿਆ ਤੀਆ ਤੀਆ ਕੌਣ ਹੋ ਗਿਆ ਹਮ ਸਰ ਦੀਨ ਦਿਆਲ ਨਾ ਤੁਮ ਸਰ ਫਿਰ ਹਮ ਔਰ ਤੁਮ ਹੋ ਗਿਆ ਫਿਰ ਹਮ ਹੋ ਗਏ ਮੈਂ ਨਹੀਂ ਹੋਇਆ ਇੱਕ ਜਦ ਹੋ ਜਾਂਦਾ ਨਾ ਇੱਕ ਤਾਂ ਕਹਿੰਦਾ ਹਮ ਸਰ ਦੀਨ ਫਿਰ ਹਮ ਹੋ ਗਏ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ ਮੈਂ ਭਰੋਸਾ ਕਰ ਲਿਆ ਤੇਰੇ ਤੇ ਮੈਂ ਪਤਿਆ ਗਿਆ ਸਭ ਕੁਛ ਠੀਕ ਹੈ ਤੇਰਾ ਤੂੰ ਸਭ ਕੁਛ ਸਮਰੱਥ ਹੈ ਮੈਨੂੰ ਯਕੀਨ ਹੈ ਇਸ ਗੱਲ ਦਾ ਤੂੰ ਸਮਰੱਥ ਹੈ ਮੇਰੇ ਮਨ ਨੂੰ ਭਰੋਸਾ ਸਾਰੀ ਬਾਣੀ ਤੇ ਹੁਣ ਦੱਸ ਮੈਂ ਕੀ ਕਰਾਂ ਪਤਿਆਰ ਜਿਹੜਾ ਪਤਿਆਇਆ ਗਿਆ ਜਿਹਨੂੰ ਭਰੋਸਾ ਹੋ ਗਿਆ ਦੱਸ ਉਹ ਕਰੇ ਉਹ ਕੀ ਕਰੇ ਹੁਣ ਤਾਂ ਵਿਹਲਾ ਬੈਠਾ ਉਹਦਾ ਤਾਂ ਵਿਹਲਾ ਕਰਦਾ ਸੰਸਾਰ ਛੱਡਾ ਤਾਂ ਵਿਹਲਾ ਕਰਦਾ ਵਿਹਲਾ ਵਹਿ ਨਹੀਂ ਹੁੰਦਾ ਆਵ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨਿਆ ਮਾਨਾ ਹੈ ਸ਼ਬਦ ਬਚਨੀ ਤੋਰ ਮੋਰ ਮਨ ਮਾਨਾ ਆਹ ਜਿਹੜਾ ਤੇਰੀ ਗੁਰਬਾਣੀ ਦੇ ਬਚਨ ਨੇ ਨਾ ਇਹਦੇ ਨਾਲ ਮਨ ਤਾਂ ਮੰਨ ਗਿਆ ਜਨ ਕੋ ਪੂਰਨ ਦੀਜੈ ਹੁਣ ਜਿਹੜਾ ਜਨ ਸੀ ਨਾ ਤੇਰਾ ਇਹਨੂੰ ਪੂਰਨਤਾ ਦੇ ਦੇ ਪੂਰਨਤਾ ਦੇ ਦੇ ਫਿਰ ਸ਼ੁਰੂ ਕਰ ਦੇ ਹੁਣ ਫਿਰ ਸ਼ੁਰੂ ਹੋ ਕੇ ਹੀ ਕੰਮ ਅਸਲ 'ਚ ਖਤਮ ਹੋਣਾ ਖਤਮ ਜਾ ਕੇ ਫਿਰ ਇੱਕ ਹੋਇਆ ਤਾਂ ਦਾਲ ਫਿਰ ਹੋ ਸਕਦੀ ਹੈ ਕਦੇ ਵੀ ਜਦ ਬਿਰਸ਼ ਹੋ ਗਿਆ ਦਾਣਾ ਜੰਮਿਆ ਆਇਆ ਫਿਰ ਰਿਹਾ ਹੀ ਨਹੀਂ ਫਿਰ ਦ੍ਰਿਸ਼ ਨੂੰ ਤੁਸੀਂ ਪਾੜ ਲਓ ਕਿਧਰੋਂ ਵੀ ਖੱਬਾ ਸੱਜਾ ਦਾਣਾ ਨਹੀਂ ਨਿਕਲਣ ਉਹ ਜਦੋਂ ਨਹੀਂ ਨਿਕਲ ਸਕਦਾ ਉਹ ਜ਼ਿੰਦਾ ਹੈ ਕੋਹੇ ਤਾਂ ਉਹ 'ਚ ਜੀਵਨ ਚੱਲ ਪਿਆ ਦਾਣੇ ਵਿੱਚ ਜੀਵਨ ਖੜਾ ਹੈ ਚੱਲਦਾ ਨਹੀਂ ਹੈ ਦਾਣੇ ਵਿੱਚ ਜੀਵਨ ਹੈ ਇੰਜਣ ਚੱਲਦਾ ਹੈ ਟ੍ਰੇਨ ਪਲੇਟਫਾਰਮ 'ਤੇ ਰੁਕੀ ਹੋਈ ਹੈ ਟ੍ਰੇਨ ਨਹੀਂ ਚੱਲਦੀ ਇੰਜਣ ਜ਼ਰੂਰ ਚੱਲਦਾ ਜੀਵਨ ਚੱਲਦਾ ਅੰਦਰ ਇੰਜਣ ਚੱਲਦਾ ਟ੍ਰੇਨ ਨਹੀਂ ਚੱਲਦੀ ਇੰਜਣ ਚੱਲਦਾ ਟ੍ਰੇਨ ਨਹੀਂ ਚੱਲਦੀ
पास जद फिर वो उगता है ना फिर नाल ट्रेन भी चल पी फिर सफलता होना फिर देखो कि दरख्त बन जाता फिर चलिया अगे उन्होंने कहना गत पाई गत नहीं कहते गति पा ली जो गति नहीं पाई पहले ट्रेन खड़ी है गति ता ही फड़ू जो चलू ट्रेन इंजन चलता चली जाए गति नहीं फड़ी हुई उन्हें गेयर नहीं पाया गुर कृपा ते जानिया जिथे तुद आप बुझाया गुर कृपा ते जाने ये सारा कुछ किवें पता लग्या तेरा और मेरा किवें पता लग्या कृपा का किवें पता लग्या ज्ञान की कृपा ना पता लग्या गुर कृपा आदमी की कृपा नहीं हो सकती किसी की आदमी की जो कृपा कहिए तो ज्ञान की लोड़ नहीं है ज्ञान देना आदमी की कृपा नहीं है ज्ञान देना आदमी तो ज्ञान लेना आदमी की कृपा नहीं है ये तो ज्ञान लैन वाले ते अपनी आप कृपा कर है जो ज्ञान लैके सुने मने ही ना फिर की करूंगा कृपा वाला की करूं कृपा उन्होंने कहने ने जड़ी हेड़ी नहीं जा सकती कृपा वो चीज है जिदी कोई काट नहीं साढ़े को कृपा उन्होंने कहने ने जो चाहूगा होगा जी वो कृपा चंकी कृपा उन्हें कृपा करती तेन असर नहीं हो कहती कृपा हो जी कृपा का दूए से असर हो ना हो गरंटी नहीं कृपा नहीं होंगी कृपा वो जी ग्रंटिड जो गरंटी हो नहीं कृपा कहती है संत ने कोई बाग करता पूरा होया ही नहीं जो पूरा हो गया जे 100 आदमी बाग किया 5 आदमी का पूरा हो गया 96 का पूरा नहीं होया कृपा नहीं आया 96 का क्यों नहीं पूरा होया कृपा वो जो उन्हें कहता उही होवे इस परमेश्वर ते सवा किसे च कोई पावर नहीं है इस गल दी जो चाहे हो जावे ये तो पखंडी ने गुरबाणी का गल मनदी हो नहीं भगतां ने तो गल मनी हो नहीं है भगत नहीं यह गल कह सकते कहते हैं तो साडियां कथा बनाई हुई ने कहानियां गुरु साहब ने करता वो करता क्यों असी उन्होंने असी मतलब स्थाना से अपनी वो चला पखंडवाद रोटी का आसरे खाते जो झूठ न बोलते जे गुरबाणी के सही अर्थ करिए भुखे मर जाए गुरुद्वारे जोड़े बैठे ने या तो उन्होंने अपना करैक्टर बहुत चंगा हो गुरमत अनुसार हो फिर तो नहीं भुखे मरते जे जहे जे हुए सारे छड के गुरुद्वारे भजन गए आप पखंडी ने तो पर पबलिक न सोची हो गुरबाणी की तो पबलिक न सोची हो जे संत ने जिन्हों को चांदा दो दो चार चार चेले जाते ने सारा दिन च ए जे वीर साहब अपने बैठा ही सी कि आदमी जाते कौन बनता और जो भी तो धार्मिक आदमी ने वह भी पुछा देंगे वो फेल हो धर्म ने सारे पर उस स्टैंडर्ड के आदमी भी मिल जाते हैं जो थोड़े बहुत जो उन्होंने गुरु मान लेंगे तो स्टैंडर्ड है जेड़े सियाने बंदे ने सूझवान ने वो थोड़ी उन्होंने गुरु मानते आप तो सूझवान गुरु मानता कोई भी जो बंद जड़ा कोई गुरु मानता है आप तो सूझवान मानता है जे शास्त्रधारी गुरु मानता आप तो वधिया शास्त्र चलाने वाले विद्या से जो ज्यादा विद्या रखता होने ज्यादा वो गुण रखता होने गुणवान कोई गुरु मानता ये आगू मानता चलो गुरु नहीं मानता संसारी भाषा चाह गुरु का लफ्ज अपने नो बड़ा मानता गुरदेव मानता गुरु धारते ही ने हम लोगों की बोली च
जे अपना घटिया उन्हें गुरु बना लो कोई, हाँ ठगी मार वास्ते बना लेंगे, ठगी मार वास्ते तो करना पै जाता कई बार। कालीदास वाली कहानी यही है, जब चंगे चंगे गुरु फेल करते फिर उन्होंने ठगी मारी, एक पागल नूं लिया के अपना गुरु बना के वह विद्योत्मा के नाल लड़की के नाल शास्त्र अर्थ कराता, उन्होंने कहता है मोरी है बोलता नहीं है, उमरदा साढ़े नो छोटा है, इशारे नाल ज्ञान किया, वो चार पाँच सत्त दस जाने से वह कली से उन्होंने वो अर्थ ऐसे लाए विद्योत्मा कहता तू हर गई, ठगी मारी सी, ठग यहाँ काम कर लेंगे छोटे बंदे नूं बड़ा प्रोजेक्ट करके, जिवें इत्थे हरियाणे सी छोटा जिहा जवाक लै लिया उहदा खंभ ला दिंदा सी उहनूं, गड्डी नूं चलदी हो रही सी, उह ड्राइवर नाल रलिया होया सी, उह इदां करदे हुंदे ने ठग, उह परपंच करना होवे फिर इदां कर लैंदे ने, वरना कोई आदमी आप तो घटिया बुद्धि वाले नूं अकल वाले नूं घटिया हुनर वाले नूं घटिया गुण वाले नूं गुरु नहीं बनता। जे इदां हो जावे उत्थे अशांति हो जाती, अशांति पैदा हो जाती, घटिया अकल वधिया अकल दे उत्ते जदों राज करती है जदे अशांति पैदा हो जाती, शांति नहीं रह सकती संसार दे विच, अशांति का कारण है। सफारसी आदमी अगे जाते रहे काबल थले जाते रहे, वो सफारसी नालायक सीगे काबलों नूं जगह नहीं मिली, अशांति पैदा होगी। जेडे आदमी मिलिट्री जाते रहे सिफारशी अफसर वो बुजदिल से उन्होंने बहुत सारे, उन्हें नहीं सी ओहे जे साबण पी के आ गए सी चशूल के हमले च, सिफारशी सी और जेडे मन ना मनते थे मार्शल अंदरों मार्शल से उन्होंने नहीं चांसेस मिले, उन्हें अंदर अशांति है। अशांति का कारण लगना पड़ा की है, शांति के खास कारण कारण नज़रअंदाज करी जाते हैं लीडर, क्यों कमजोरी है उन्होंने सिफारशा उन्होंने बंदे लियाने ने सिफारशा वोटा लड़िया, जो बंद काम नहीं करे वोटा कभी मिलनगे, उन्होंने भी मजबूरी है। असल चलो लोक राज का सिस्टम ठीक नहीं है, ठीक नहीं है, जिते ज़्यादा भैड़े 99% भैड़े लोग हो 99% चलो ना सही कूड़ सब संसार है, जे आप कह दिए कूड़ राजा कूड़ प्रजा कूड़ और झूठ, जे संसार झूठ है सच्चा गाह कमें आजू, वोटा तो झूठिया ने पाया ने झूठे तो महा झूठे चुन गए, झूठिया का लीडर महा झूठा, कपटिया का लीडर महा कपटी, क्यों ना आन गए सच्चा किवें अगे आजू, सच्चा नहीं आ सकता, इस करके सच्चे इस दौड़ दौड़ते ही नहीं, ये इलेक्शन की दौड़ दौड़ सच्चे आदमी क्यों नहीं दौड़ते, खालसा सिख गुरु क्यों दौड़ तो परे रहे ने, क्यों लिखे तबो राजो नरक, झूठिया का जे तू लीडर बना महा झूठा जा बनना पेगा नरक जाएगा ही, कपटिया का लीडर बनने वास्ते महा कपटी बनना पौ नरक जाएगा ही, दसो की तरीका है और कोई तरीका ही नहीं, कोई राह ही नहीं निकल, इको ही राह है कि तुम ये दौड़ जो परे हो जाओ तबो राजो नरक कह के दौड़ जो अलग हो जाओ, नीचा अंदर नीच याद नीची हूँ ना अत नीच नानक तिनके संग साथ बड़िया से क्या ये कह के अलग हो जाए, वरना कोई बच्चे नूं जगह ही नहीं है, यह दसो कि जगह जिन्हों अक जे कोई होर सुनता हो सानू लिख के भेज दे आ राह हैगा, कोई राह नहीं है सियासत वास्ते, इत्थे सच वास्ते कोई रास्ता नहीं, सच खंड का रास्ता इतों नहीं है, संसार दे विचों कोई राह नहीं है,
सच नूं निकलण वास्ते सच झूठ तों अलग कर लवे आपे आप। जे किसी ने सच्चियारा होना झूठिया चो बाहर निकल जाए, नहीं तो झूठिया के नाल वोट देवे। जिमें झूठिया की मेजोरिटी कहे हुए जो कम करे उन्होंने मोटे न मोटा ला के चले, या फिर अपने आप को अलग कर लवे। होर तो रस्ता ही कोई नहीं है, जो वर्गा कोई होगा ना रणू नहीं रो सही गुरु। ये भी नहीं है भी मैं इन्नी पार्टी बना के निकलना इतों, अपने आप को अलग कर लवे बस। जो अरड़ू अरड़े नहीं रो सही, जिहदे नाल परमेश्वर आप होवे उहनूं दूए आदमी की लोड़ की है? लोड़ तां उहनूं है जिहड़ा कला होवे। इस करके खालसे नूं कला नहीं कहा, खालसे नूं कहा तू कला भी सवा लख। ये कहते कह दी सवा लख, इहदे पिछे भी कोई वजह है। वह कह जे तू कला भी होवे तां भी सवा लख मन के चली, तू सवा लख कला नहीं हुंदा। या तो मेरे वाल है, हाँ कला हुंदा ही नहीं है, सवा लख हुंदा। कला तो मूर्ख हुंदा, कले हुंदे ने विद्वान, कले हुंदे ने सियासतदान, कले ही हुंदे ने नाल वालों का कोई भरोसा नहीं कहड़े वेले छड़ जाने इन्हां नूं। गुर कृपा ते जाणिया जिथे तू आप भजाया, गुर कृपा ते जाणिया ज्ञान की कृपा ना जाणिया, जिन्हें भी जाणिया जाणिया ज्यादा ज्यादा मूंद लिए दरवाजे उत्थे तो दुआ की करूँ, उत्थे अंदर अंदर तो कोई है ही नहीं। गुरु कर गुरु उत्थे आके की करूँ, उत्थे ज्ञान है गुरु है, उत्थे ज्ञान की कृपा ही है, ज्ञान का ही चैनल है। जब दरवाजे मूंदने बाहर नहीं तो रोशनी आती नहीं, अंदर अंदरली रोशनी काम करूँ हूँ। उत्थे ज्ञान का ही दीवा जानना पैना, दीवा मेरा एक नाम दुख दुख में पाया तेल, उन्हें चानण उन्होंने सोखी है। ज्यों ज्यों चानण होंदा है तो दुखों का तेल भी सुकदा खुश्क होंदा, भी तेल जलू ता ही दीवा जलू, जो दीवा बढ़ूगा तो तेल भी जलूगा। देखो दीवा बढ़ता होंदा तेल जलता होंदा, असीं कहने दीवा जलता बिल्कुल नहीं जलता, दीवा बढ़ता होंदा, दीवा बढ़ता है तेल जलता। तेल जो चीज खत्म हो रही है, खत्म की हो रहा है तेल, दुख तेल जलता हुआ जो खत्म हो रहा है। दीवा थोड़ी खत्म है, दीवा चानण दे रहा, गुर ज्ञान घट बढ़िया जलिया नहीं है, ज्ञान रोशनी दंदा घट नहीं रहा हों, ज्ञान रोशनी दंदा घटता नहीं। जिमें लाल रोशनी दंदा घटता नहीं, हीरा रोशनी दंदा घटता नहीं, पर सूरज रोशनी दंदा घटता है, सूरज रोशनी दंदा घटता है घटता। उत्थे जिहदे अंदर ज्ञान है ना जिहड़ा हासिल किया सी पहला, जिहदे नाल संतोख होया सी उहदा ही चानण है हुण। जिहड़ी गुरबाणी की सोझी सी उही चानण है कोल, होर चानण अंदर कोई दीवा नहीं है, वह सोझी वह कम करूगी, उस रोशनी च खोजना है। जो गुरबाणी की सोझी कोल है उस दी रोशनी च खोजना, और की है, और रोशनी उत्थे कहदी है। गुर कृपा ते जाणिया, गुर कृपा ज्ञान की कृपा ने जाणिया, और कड़ी कृपा ने जाणिया, उही मोमबत्ती है कोल। जिथे तू आप भजाया, जिथे तू आप भजाया फिर भी नहीं जाणिया। कार सुनना आमंदर है, कोई बोलता नहीं, फिर भी तेनू आप बोलना पिया था मुझे। जिन्ना चिर तू चुप रहा ना तब नहीं बुझा गया, अंदरों पता लग्या लभ्या नहीं, अंदरों जिन्ना चुप रहा कारण कम नो बोल, हाँ जब बोलिया तो पता लग्या भी आज इतों आई है आवाज, इतों आई है आवाज। सतवें पताल चो बोलता, सप्त पताल की बाणी
आवाज तो पता लग्या ओदी होंद दा तेरी होंद दा कित्थों पता लगना आवाज तो पता लगना जोत तो नहीं पता जोत है आपे है वो जोत नू पता लगना है आवाज तो जोत आपे ही है किते जोत दा दर्शन नहीं है जे जोत दा दर्शन है उदी समझ है जोत दी उदी समझ है जोत दी समझ है वो तो अपने आप दी वो समझ है वो दर्शन की है शब्द शब्द स्पर्श है दर्शन स्पर्श है दर्शन परसी है गुरु के स्पर्श का दर्शन है स्पर्श का दर्शन की होता स्पर्श का दर्शन यह जहा जिमें कोई दमामा बढ़िया हो ढोल बढ़िया हो उत्ते कोई चीज टच कर दिए तो आवाज पैदा होती है बस ये आप दमामा जो स्पर्श होंगे ये चो आवाज पैदा होती है आवाज बहरों नहीं आती आवाज ये चो पैदा होती है आवाज नहीं कितने बहरों आती आवाज आप करता अणबड़िया मंदल अच्छा अणबड़िया मंदल आप है मंदल कहते ढोलू गगन दमामा बाजिया गगन बिच नहीं बाजिया तेरा ही गगन दमामा है अनपढ़िया मंदल है वो गगन केड़ा है ब्रह्म ज्ञानी के मन प्रकाश जैसे तार ऊपर आकाश है गगन तेरा प्रकाश है ना है तेरा आकार है ना जना तार ऊपर आकाश है यही दमामा और दमामा के थोड़ो सी दमामा और केड़ा बाजिया जे गगन बिच तो मामा बजे अर्थ करांगे फिर तो बाहर बजे अंदर तो बजे ही नहीं तिन्ने पवन शरीर के अंदर ने गुण देखने आदमी उही लगता चाहे वो शरीर के बिच नहीं रहा शरीर के बाहर चला गया वो ओदा भाग किन्ना हो गया बड़भागी हो गया बड़भागी पहला तो शरीर तक सीमत सी ना हुण बड़भागी है भाग किन्ना इहदा इहदा गगन इहदे कोल किन्ना है जिन्ना धर उपर आकाश है ਇੱਡਾ ਗਗਨ ਹੈ ਤਾਂ ਅਤੇ ਤਿੰਨੇ ਲੋਕ ਫਿਰ ਕਿੱਥੇ ਗਏ ਵਿੱਚੇ ਆ ਗਏ ਨੇ ਜਿਵੇਂ ਪਰਮੇਸ਼ਰ ਦੇ ਵਿੱਚ ਤਿੰਨੇ ਲੋਕ ਨੇ ਨਾ ਉਵੇਂ ਇਹਦੇ ਵਿੱਚ ਨੇ ਤਿੰਨੇ ਲੋਕ ਤਾਂ ਉਹਦੇ ਬਰਾਬਰ ਹੋਇਆ ਫਿਰ ਹਰ ਪੇਜ ਇੱਕ ਗ੍ਰੰਥ ਦਾ ਇੱਕ ਪੁਸਤਕ ਦਾ ਪੁਸਤਕ ਦੇ ਆਕਾਰ ਦੇ ਬਰਾਬਰ ਹੁੰਦਾ ਹਰ ਪੰਨਾ ਉਲਟਾ ਹੀ ਹੋਊਗਾ ਜਿੱਡੇ ਆਕਾਰ ਦੀ ਪੁਸਤਕ ਹੋਊ ਹਰ ਪੰਨਾ ਉਸੇ ਆਕਾਰ ਦਾ ਹੋਊਗਾ ਬਸ ਇੱਕੋ ਪੁਸਤਕ ਦੇ ਪੰਨੇ ਰਹੇ ਇੱਕੋ ਪੋਥੀ ਦਾ ਪੰਨਾ ਬਣ ਗਿਆ ਪੰਨਾ ਤਾਂ ਹੈ ਜੇ ਬਰਾਬਰ ਹੋਵੇ ਵੇਚ ਆਵੇ ਉਹਦੇ ਇੱਕੋ ਜਿਹੇ ਸਾਰੇ ਪੰਨੇ ਇੱਕੋ ਜਿਹੇ ਹੁੰਦੇ ਨੇ ਨਾ ਨਾ ਉਹ ਕੀ ਹੁੰਦਾ ਗ੍ਰੰਥ ਕਿਤਾਬ ਪੁਸਤਕ ਪੋਥੀ ਨਾ ਕੁਛ ਵੀ ਹੋਵੇ ਪੰਨੇ ਤਾਂ ਬਰਾਬਰ ਹੁੰਦੇ ਨੇ ਸੱਚਖੰਡ ਦੀ ਜਿਹੜਾ ਗ੍ਰੰਥ ਆ ਉਹਦੇ ਪੰਨੇ ਸਾਰੇ ਇੱਕੋ ਜਿਹੇ ਨੇ ਕਿੰਨਾ ਆਕਾਰ ਹੈ ਜੈਸੇ ਧਰ ਉੱਪਰ ਆਕਾਸ਼ ਤਾਂ ਇਹ ਦਮਾਮਾ ਫਿਰ ਅੰਦਰ ਇਹਦੇ ਆਕਾਸ਼ ਜਿਹੜਾ ਵੱਜਿਆ ਇਹ ਇਹਦਾ ਹੀ ਆਕਾਸ਼ ਵੱਜਿਆ ਉਹ ਇਸੇ ਨੂੰ ਕਹਿੰਦੇ ਨੇ ਆਕਾਸ਼ਵਾਣੀ ਇਹਦੇ ਅੰਦਰੋਂ ਪੈਦਾ ਹੁੰਦੀ ਹੈ ਲੋਕਾਂ ਨੂੰ ਬਾਹਰੋਂ ਸੁਣਦੀ ਹੈ ਕਿ ਉਹਨਾਂ ਦਾ ਆਕਾਰ ਨਹੀਂ ਨਾ ਐਡਾ ਉਹਨਾਂ ਦਾ ਗਿਆਨ ਨਹੀਂ ਨਾ ਐਡਾ ਕਬੀਰ ਕਹਿੰਦਾ ਪਹਿਲਾਂ ਕੀ ਹੈ ਪਹਿਲਾਂ ਇਹਦਾ ਮਨ ਤਿੰਨਾਂ ਭਵਨਾਂ 'ਚ ਸਮਾਇਆ ਹੋਇਆ ਸਾਡਾ ਤਨ ਤਿੰਨਾਂ ਭਵਨਾਂ 'ਚ ਸਮਾਇਆ ਹੋਇਆ ਤਿੰਨਾਂ ਭਵਨਾਂ ਦੀ ਸਾਨੂੰ ਸੋਝੀ ਨਹੀਂ ਅਸੀਂ ਤਿੰਨਾਂ ਭਵਨਾਂ 'ਚ ਘੁੰਮਦੇ ਹਾਂ ਕਦੇ ਤ੍ਰੇਤੇ 'ਚ ਦੁਆਪਰ ਕਲਯੁੱਗ ਤ੍ਰੇਤਾ ਦੁਆਪਰ ਕਲਯੁੱਗ ਇੱਦਾਂ ਹੀ ਘੁੰਮਦੇ ਹਾਂ ਤਨ ਤਿੰਨ ਭਵਨ ਮੈਂ ਰਹਿਆ ਸਮਾਈ ਇਹਦਾ ਆਪਣਾ ਸਰੀਰ ਤਿੰਨਾਂ ਭਵਨਾਂ 'ਚ ਰਹਿੰਦਾ ਸਮਾਇਆ ਹੋਇਆ ਚੱਕਰ ਕੱਟਦਾ ਰਹਿੰਦਾ ਜਬ ਤ੍ਰਿ ਭਵਨ ਤਨ ਮਾਹੇ ਸਮਾਵਾ ਜਦ ਤਿੰਨੇ ਭਵਨ ਤੇਰੇ 'ਚ ਸਮਾ ਜਾਣ ਫਿਰ ਤਾਂ ਚੱਕਰ ਕਿੱਥੇ ਕੱਟਣਾ ਫਿਰ ਆਉਣਾ ਜਾਣਾ ਕਿੱਥੇ ਕਰਨਾ ਉਹ ਤਿੰਨੇ ਜਿੱਥੇ ਤੇਰਾ ਆਉਣਾ ਜਾਣਾ ਤਾਂ ਉਹ ਤਾਂ ਤੇਰੇ ਵਿੱਚ ਹੈ ਪੋਸੀਬਲ ਹੋ ਸਕਦਾ ਗੱਲ ਪੋਸੀਬਲ ਹੈ ਗੱਲ ਮੰਨਣ ਵਾਲੀ ਹੈ ਵਿਦਵਾਨਾਂ ਦੇ ਵਿਦਵਾਨਾਂ ਦਾ ਅਗਰ ਚਾਲੂ ਹੈ ਗੱਲ
उस गल गया ब्रह्म ज्ञानी के मन प्रगास जैसे धर उपर इसे गल पलट के कहा हो धर उपर आकाश के तीन लोग ने ना ब्रह्म ज्ञानी के मन च इन्ना प्रकाश होंगे ये गल कह रहे कबीर उत्थे पंजों पातशाह की तशरीह करते ने गल की उस गल की खुलासा करते हैं वो जी गल उत्थे नहीं समझ आई थी इतों समझ लो गुरबाणी गुरबाणी नूं समझा रही है जिहड़ियां गल्लां मनण वालियां नहीं उन्होंने दस रही है भी आह गल है विचों जब तेरे भवन तन माहे समावा तन कहिंदे ने हिरदे नूं ਜੇ ਹਿਰਦੇ 'ਚ ਸਮਾ ਗਿਆ ਤਿੰਨੇ ਭਵਨ ਅਤੇ ਆਉਣਾ ਜਾਣਾ ਫਿਰ ਕਿੱਥੇ ਕਰਨਾ ਕਿੱਥੇ ਆਉਣਾ ਜਾਣਾ ਅੰਦਰੇ ਆਉਣਾ ਜਾਣਾ ਖਤਮ ਹੋ ਗਿਆ ਨਾ ਅੰਦਰੇ ਆਉਣਾ ਜਾਣਾ ਅੰਦਰ ਹੀ ਖਤਮ ਸਭ ਕੁਛ ਅੰਦਰ ਹੀ ਹੈ ਜੋ ਬ੍ਰਹਮੰਡੇ ਸੋਈ ਜੋ ਖੋਜੇ ਸੋ ਬਣ ਗਿਆ ਨਾ ਸਾਰੇ ਵਿੱਚ ਬਾਹਰ ਕੀ ਰਹਿ ਗਿਆ ਬਾਹਰ ਟੋਲੇ ਸੇ ਪਰ ਭੁੱਲ ਖੋਜਣ ਨੂੰ ਰਹਿ ਕੀ ਗਿਆ ਬਾਹਰ ਬਾਹਰ ਕੁਛ ਨਹੀਂ ਰਿਹਾ ਇੱਥੋਂ ਨਾਨਕ ਦੱਸ ਰਿਹਾ ਤਿੰਨ ਲੋਕ ਦੀਆਂ ਗੱਲਾਂ ਕਬੀਰ ਇੱਥੋਂ ਹੀ ਦੱਸ ਰਿਹਾ ਤਿੰਨ ਲੋਕ ਤਾਂ ਅੰਦਰ ਨੇ ਅੰਦਰਲੀ ਉਹ ਗੱਲ ਦੱਸ ਰਿਹਾ ਨਾ ਤਿੰਨ ਲੋਕ ਉਹਦੇ ਅੰਦਰ ਨੇ ਅੰਦਰ ਦੀ ਗੱਲ ਦੱਸ ਰਿਹਾ ਬਾਹਰ ਨਹੀਂ ਦੱਸ ਰਿਹਾ ਉਹ ਬਾਹਰ ਨਹੀਂ ਲੱਗਦਾ ਨਾ ਲੋਕ ਸਾਨੂੰ ਬਾਹਰ ਨਹੀਂ ਲੱਗਦੀ ਆ ਉਹਨੂੰ ਨਹੀਂ ਉਹ ਨਹੀਂ ਦੱਸ ਰਿਹਾ ਬਾਹਰ ਨਹੀਂ ਕਹਿੰਦਾ ਤੀਨ ਲੋਕ ਕੀ ਬਾਤਾਂ ਹੈ ਬਾਵਨ ਅੱਛਰ ਲੋਕ ਤ੍ਰੈ ਸਭ ਕੁਛ ਨਹੀਂ ਮੈਂ ਮੈਂ ਤਿੰਨਾਂ ਲੋਕਾਂ ਦੀ ਗੱਲ ਦੱਸਣੀ ਹੈ ਚੌਥਾ ਲੋਕ ਮੈਤੋਂ ਵੀ ਪਰੇ ਹੈ ਚੌਥੇ ਲੋਕ ਦੀ ਕਿਉਂ ਨਹੀਂ ਦੱਸਦਾ ਉਹ ਤਾਂ ਉਹਤੋਂ ਵੀ ਪਰੇ ਚੌਥਾ ਲੋਕ ਉਹ ਮਾਇਆ ਮਾਇਆ ਤੱਕ ਪ੍ਰਕਾਸ਼ ਹੋਇਆ ਜੈਸੇ ਤੁਹਾਨੂੰ ਆਕਾਸ਼ ਜਿੱਥੇ ਤੱਕ ਆਕਾਸ਼ ਹੈ ਉੱਥੇ ਤੱਕ ਪ੍ਰਕਾਸ਼ ਹੈ ਆਕਾਸ਼ ਤੋਂ ਗਾਹਾਂ ਕੀ ਹੈ ਆਕਾਸ਼ ਤੋਂ ਗਾਹਾਂ ਕਾਸ਼ ਆਕਾਸ਼ ਤੋਂ ਗਾਹਾਂ ਕੀ ਹੈ ਕਾਸ਼ ਕਾਸ਼ ਕੱਕੇ ਨੂੰ ਕੰਨਾ ਸ਼ਸ਼ਾ ਸੱਸਾ ਬੜਾ ਕਾਸ਼ ਉਸ ਕਾਸੀ 'ਤੇ ਤੁਰ ਉੱਪ ਜਾਏ ਤੁਰ ਕਾਸੀ ਜਾਏ ਕਾਸੀ 'ਤੇ ਤੁਰ ਕਿਵੇਂ ਉਪਜਾਏ ਕਾਸੀ ਤੋਂ ਡੱਗਾ ਪੈਂਦਾ ਮੇਰੇ ਕਾਸੀ ਕਰਕੇ ਕਾਸੀ ਜਿਵੇਂ ਡੰਡੇ 'ਤੇ ਧੁਨ ਉਪਜਾ ਉਂਗਲ ਮਾਰਦਾ ਨਾ ਤਬਲੇ 'ਤੇ ਮਾਰਦਾ ਨਾ ਧੁਨ ਉਂਗਲ ਤੋਂ ਉਪਜਦੀ ਹੈ ਤਬਲੇ ਤੋਂ ਉਪਜਦੀ ਹੈ ਉਪਜਦੀ ਧੁਨ ਤਬਲੇ ਤੋਂ ਹੀ ਹੈ ਪਰ ਉਂਗਲ 'ਤੇ ਫਿਰ ਨਹੀਂ ਉਪਜਦੀ ਡੱਗਾ ਬਾਹਰੋਂ ਡੱਗਾ ਤਾਂ ਬਾਹਰੋਂ ਹੀ ਹੈ ਕਾਸ਼ੀ 'ਤੇ ਧੁਨ ਉਪਜਾ ਦਾ ਮਤਲਬ ਕਾਸ਼ੀ ਵਿੱਚੋਂ ਨਹੀਂ ਧੁਨ ਉਪਜਦੀ ਕਾਸ਼ੀ ਕਰਕੇ ਧੁਨ ਉਪਜਦੀ ਹੈ ਉਹ ਕਿਵੇਂ ਫਿਰ ਕਿਵੇਂ ਇਹਨੂੰ ਸਮਝਾਂਗੇ ਦੁਨੀ ਬਜਾਈ ਵੱਜਦੀ ਹੁਣ ਲੈ ਲਓ ਗਾਂ ਲੈ ਲਓ ਤੂੰ ਵੀ ਦੁਨੀ ਵਿੱਚੇ ਹੀ ਹੈ ਅਜੋ ਵਿੱਚੇ ਹੈ ਦੁਨੀ ਦੇ ਦੁਨੀ ਵਿੱਚੇ ਹੀ ਹੈ ਉਹ ਦੁਨੀ ਬਜਾਈ ਵੱਜਦੀ ਤੂੰ ਵੀ ਵੱਜੇ ਨਾਲ ਉਹ ਜਿਵੇਂ ਦੁਨੀ ਵਜਾਈ ਵੱਜਦੀ ਹੈ ਮੈਂ ਅਜੋ ਅਜੋ ਤੂੰ ਦੁਨੀ ਵਾਂਗੂ ਹੀ ਵੱਜਦਾ ਤੂੰ ਵੀ ਆਪ ਨਹੀਂ ਵੱਜ ਸਕਦਾ ਦੁਨੀ ਦੀ ਗੱਲ ਵੀ ਵਜਾਈ ਵੱਜਦੀ ਹੈ ਇਹ ਵੀ ਬੁਲਾਇਆ ਬੋਲਦਾ ਉਹ ਬੁਲਾਇਆ ਬੋਲਣ ਦਾ ਕੀ ਮਤਲਬ ਢੋਲ ਆਪ ਨਹੀਂ ਬੋਲਦਾ ਤੇ ਮਾਮਾ ਆਪ ਨਹੀਂ ਬੋਲਦਾ ਬੁਲਾਇਆ ਬੋਲਦਾ ਦੇਖੋ ਇੰਨੀਆਂ ਗੱਲਾਂ ਆਪਾਂ ਦੇਖੀਆਂ ਇਹ ਤਾਂ ਬੁੱਝਣ ਵਾਲੀ ਗੱਲ ਫਿਰ ਉੱਥੇ ਖੜੀ ਹੈ ਬੁੱਝਣ ਵਾਲੀ ਗੱਲ ਫਿਰ ਉੱਥੇ ਖੜੀ ਹੈ ਵਜਾਇਆ ਵੱਜਦਾ ਉਹੀ ਢੋਲਕਾ ਦੂਏ ਨੂੰ ਦੇ ਦਿਉ ਉਹ ਜਿਹੜਾ ਉਹ ਹੋਰ ਥਾ ਦੇਖੋ ਨਾ ਅਲੱਗ ਅਲੱਗ ਰੰਗਤਾਂ ਅਲੱਗ ਅਲੱਗ ਰਾਗ ਅਲੱਗ ਅਲੱਗ ਗਤਾਂ ਢੋਲਕੀ ਜਿੰਨੀ ਮਰਜ਼ੀ ਕੱਢ ਲਓ ਵਜਾਈ ਵੱਜਦੀ ਹੈ ਨਾ ਢੋਲਕ ਨੂੰ ਉੱਥੇ ਰੱਖ ਦਿਓ ਕਹਿ ਵੱਜ ਕੇ ਦਿਖਾ ਵੱਜੂ ਇਸ ਕਰਕੇ ਸਭ ਬੁਲਾਏ ਬੋਲੇ ਨੇ ਭਗਤ ਤਾਂ ਬੁਲਾਏ ਬੋਲਦੇ ਨੇ ਬੁਲਾਇਆ ਬੋਲੇ ਖਸਮ ਕਾ ਇਹ ਤਾਂ ਸਾਜ ਹੈ ਸਰੀਰ ਤਾਂ ਪਹਿਲਾਂ ਆਪ ਵਜਾਉਂਦਾ ਸੀ ਫਿਰ ਆਪ ਵਜਾਉਣਾ ਛੱਡਤਾ ਹੁਣ ਜਿਵੇਂ ਉਹ ਵਜਵਾਉਂਦਾ ਉਵੇਂ ਵਜਾਉਂਦਾ ਹੁਣ ਉਹਦੇ ਨਾਲ ਇੱਕ ਸੁਰ ਹੋ ਕੇ ਵਜਾਉਂਦਾ ਜਦ ਉਹਦੇ ਨਾਲ ਇੱਕ ਸੁਰ ਹੋ ਕੇ ਵਜਾਉਂਦਾ ਨਾ
एक सुर होने वास्ते जिहड़ा समा लग्या ना जिन्ना चिर एक सुर हुंदा रहा सी उहनूं कहिंदे ने सुर साधना। ये कादी सुर साधना करदे ने, इन्होंने बाहर गुरु बनाए ने आसुरां दी साधना ये करदे। गुरमुखां दी सुर साधना ही है जिन्ना चिर उहदे नाल बजाए उहदे नाल हुक्म दे विच रहि के बोलना सुर साधना है। हुक्म दे नाल वजना सुर साधना है। ज्यों बुलावो त्यों नानक दास बोले, जब बोलन लग गया सुर साधना पूरी होगी, भगती पूरी होगी। वो उहनूं भगती कहन लग गया, बहाली सुर साधना वे भगती है, आह भगती है, वह कानू भगती है। वो बंदिया दे करैक्टर तां देखो कहे जे ने, जिहड़े सुर साधना करदे ने उहनूं देख लो पढ़ के, वह कहे जे करैक्टर ने उहनां दे। और भगतां नूं मिला के देखो, भगतां नूं मिला लो उहनां दे, उहनां दी शकल तां देखो कहे जी है, उहनां दी अखां तां देखो कित्थे खड़ियां ने, उहनां दी सुरत तां देखो किवें किधर जांदी है, उहदे अंदरली अवस्था तां देखो की है। सुर साधना कहण लग गए, ਇਹਨਾਂ ਚੋਂ ਨੇ ਬਾਜ ਚੇਲੇ ਨੱਚਣ ਗੁਰ ਪੈਰ ਹਿਲਾਉਣ ਫਿਰ ਸੁਰ, ਉਹਨਾਂ ਨੂੰ ਕਹਿਣ ਲੱਗ ਗਏ ਸੁਰ ਸਾਧਨਾ। ਉਹ ਇਹੀ ਤੇ, ਪਰ ਇਹਦਾ ਲੋਕ ਉਦੋਂ ਵੀ ਥੱਲੇ ਨੇ ਜਿਹੜੇ ਰਾਜਾ ਮਹਾਰਾਜਾ ਦੇ ਗਾਉਂਦੇ ਰਹੇ ਨੇ, ਫਲਾਨਾ ਘਰਾਣਾ ਢਿਮਕਾ ਘਰਾਣਾ। ਰਾਜਾ ਮਹਾਰਾਜਾ ਕੌਣ ਸੀ? ਇਖਲਾਕ ਤੋਂ ਗਿਰੇ ਹੋਏ ਤੇ ਸਾਰੇ, ਭੁਪਿੰਦਰ ਸਿੰਘ ਕੌਣ ਸੀ? ਜੇ ਉਹਦੇ ਕੋਈ ਗਾਉਂਦਾ ਹੋਊ ਦਰਬਾਰ 'ਚ, ਉਹ ਜੈ ਜਾ ਭੁਪਿੰਦਰ ਸਿੰਘ ਦੀ, ਉਹ ਜੇ ਉਹਦੇ ਚਾਟੜੇ ਹੋਣੇ ਨੇ। ਜੈ ਜਾ ਰਣਜੀਤ ਸਿੰਘ ਦੀ, ਉਹ ਜੇ ਉਹਦੇ ਗਾਉਣ ਵਾਲੇ ਹੋਣੇ ਨੇ। ਇਹ ਤਾਂ ਸਾਰੇ ਯਾਸ਼ੀ ਹੁੰਦੇ ਨੇ, ਯਾਸ਼ੀਆਂ ਦੇ ਦਰਬਾਰ 'ਚ ਭਗਤ ਗਾਉਂਦੇ ਹੁੰਦੇ ਨੇ, ਜਾ ਕੇ ਸੁਰ ਸਾਧਨ ਵਾਲੇ ਉੱਥੇ ਜਾਂਦੇ ਹੁੰਦੇ ਨੇ। ਲਖਨਊ 'ਚ ਕੌਣ ਨਹੀਂ? ਰਾਜੇ ਮਹਾਰਾਜੇ ਸੀ, ਰਾਜੇ ਮਹਾਰਾਜੇ ਕਹੇ ਜੇ ਸੀ, ਪਰ ਉਹ ਗੱਲ ਹੈ ਸਮਰੱਥ ਕੋ ਨਹੀਂ ਦੋਸ ਗੁਸਾਈ। ਇਹਨਾਂ ਨੇ ਕਹਿ ਦਿੱਤਾ ਨੂੰ ਬਚਾਉਣ ਵਾਸਤੇ, ਸਮਰੱਥ ਕੋ ਨਹੀਂ ਦੋਸ ਗੁਸਾਈ, ਵੀ ਜਿਹੜਾ ਸਮਰੱਥ ਹੁੰਦਾ ਉਹਨੂੰ ਦੋਸ ਹੀ ਨਹੀਂ ਹੁੰਦਾ। ਗੁਰਬਾਣੀ ਨਹੀਂ ਇਹਨਾਂ ਗੱਲਾਂ ਨੂੰ ਮੰਨਦੀ, ਸਮਰੱਥ ਕੋ ਨਹੀਂ ਦੋਸ ਗੁਸਾਈ, ਗੁਰਬਾਣੀ ਨਹੀਂ ਇਹਨਾਂ ਗੱਲਾਂ ਨੂੰ ਮੰਨਦੀ ਹੈ। ਇਹ ਕਹੀ ਜਾਣ, ਸੰਸਾਰੀ ਆਦਮੀ ਹੈ, ਸੰਸਾਰੀ ਗੱਲ ਹੈ, ਸਮਰੱਥ ਕੋ ਨਹੀਂ ਦੋਸ ਗੁਸਾਈ। ਹਾਂ, ਪੰਡਿਤ ਨੇ ਗੱਲ ਮੰਨ ਲਈ, ਪੰਡਿਤ ਨੇ ਪ੍ਰਚਾਰ ਕਰਤਾ, ਸਮਰੱਥ ਕੋ ਨਹੀਂ ਦੋਸ ਗੁਸਾਈ। ਵਿਚਾਰ ਤੇ ਸਮਰੱਥ, ਸਮਰੱਥ ਕੌਣ ਹੈ, ਪੰਡਿਤ ਕੌਣ ਹੈ? ਪੰਡਿਤ ਨੂੰ ਫਿਰ ਕੀ ਠੋਕਿਆ ਕਿਵੇਂ ਕਬੀਰ ਨੇ? ਤੁਮ ਤੋਂ ਜਾਚੋ ਭੂਪਤ ਰਾਜੇ, ਭੂਪਤ ਰਾਜਾ ਦਾ ਮੰਗਤਾ ਤੂੰ, ਤਾਂ ਕਹਿਤਾ ਸਮਰੱਥ ਕੋ ਨਹੀਂ ਦੋਸ ਗੁਸਾਈ। ਮੰਗਤਾ ਉਹਨਾਂ ਦਾ ਜੋ ਮਰਜ਼ੀ ਕਹਾ ਲੈਣ ਦਿੱਤੇ ਪੈਸੇ ਦੇ ਕੇ, ਸਮਰੱਥ ਕੋ ਨਹੀਂ ਦੋਸ ਗੁਸਾਈ ਪ੍ਰਚਾਰ ਤਾ। ਗੁਰਬਾਣੀ ਕਿਵੇਂ ਪ੍ਰਚਾਰ ਦੂ, ਭਗਤ ਕਿਵੇਂ ਪ੍ਰਚਾਰ ਲੈਣਗੇ ਗੱਲ? ਉਹ ਨਹੀਂ ਕਹਿ ਸਕਦੇ ਗੱਲ, ਸਿਰ ਚਾਹੇ ਉਹਨਾਂ ਦੇ ਧੜ ਤੇ ਰਹੇ ਚਾਹੇ ਨਾ ਰਹੇ, ਉਹ ਕਿਵੇਂ ਕਹਿ ਦੇਣਗੇ ਇਹਨਾਂ ਨੂੰ? ਉਹ ਤਾਂ ਰਾਜੇ ਸੀ, ਮੁਕੱਦਮ ਕੁੱਤੇ ਕਹਿਣਗੇ। ਉਹ ਮੁਕੱਦਮ ਕੁੱਤਿਆਂ ਦੇ ਕੋਲ ਜਿਹੜੇ ਵਜਾਉਣ ਵਾਲੇ ਨੇ ਸਾਜ, ਉਹ ਸੁਰ ਸਾਧਨ ਵਾਲੇ ਨੇ। ਉਹ ਸੁਰ ਹੈ ਪਰਮੇਸ਼ਰ, ਅਸੁਰ ਔਰ ਸੁਰ ਦੋ ਨੇ। ਅਸੁਰ ਉਹ ਹੈ ਜਿਹੜਾ ਹੁਕਮ ਦੀ ਮੁਖਾਲਫਤ ਕਰਨ ਵਾਲੇ ਖਿਆਲ ਸਾਡੇ ਅੰਦਰ ਪੈਦਾ ਹੁੰਦੇ ਨੇ, ਉਹ ਅਸੁਰ ਨੇ। ਜਿਨ੍ਹਾਂ ਦੇ ਅੰਦਰ ਪੈਦਾ ਹੁੰਦੇ ਨੇ ਉਹ ਸਾਰੇ ਅਸੁਰ ਨੇ, ਅਸੁਰ ਰਾਕਸ਼ਸ ਉਸ ਭਾਸ਼ਾ 'ਚ। ਉਹ ਔਗਣ ਨੇ, ਔਗਣੇ ਵਾਲੇ ਨੇ। ਜੇ ਔਗਣ ਨੇ ਉਹ ਹੁਕਮ ਤੋਂ ਵਿਰੋਧ ਖਿਆਲ ਪੈਦਾ ਕਰਦੇ ਨੇ ਸਾਡੇ ਅੰਦਰ, ਜਿਹੜੇ ਗੁਣ ਨੇ ਉਹ ਨਹੀਂ ਪੈਦਾ ਹੋਣ ਦਿੰਦੇ ਵਿਰੋਧੀ ਸੁਰ। ਉਹ ਭਾਣੇ ਦੇ ਵਿੱਚ ਵਾਲੀ ਸੁਰ ਬੋਲਦੇ ਨੇ, ਨਹੀਂ ਚੁੱਪ ਰਹਿੰਦੇ। ਜੇ ਤਾਂ ਭਾਣੇ 'ਚ ਬੁਲਾਉਂਦਾ ਜਿਵੇਂ ਬੁਲਾਉਂਦਾ, ਭਗਤ ਉਵੇਂ ਬੋਲਦਾ, ਨਹੀਂ ਚੁੱਪ ਰਹਿੰਦਾ, ਨਹੀਂ ਬੋਲਦਾ ਹੀ ਨਹੀਂ। ਉਹ ਆਪੋ ਬੋਲਣਾ ਜਾਣੂ, ਮੈਂ ਨਹੀਂ ਬੋਲਣ ਜਾਣਦਾ, ਮੈਂ ਕਹਿਆ ਸਭ ਇਹ ਹੈ ਸੁਰ, ਇਹ ਸੁਰ ਸਾਧਨਾ।
ਹੁਕਮ ਦੇ ਵਿੱਚ ਭਾਣੇ ਦੇ ਵਿੱਚ ਬੋਲਣਾ ਸੁਰ ਸਾਧਨ ਹੈ, ਭਾਣੇ ਤੋਂ ਬਾਹਰ ਬੋਲ ਜਾਣਾ ਅਸੁਰ ਹੈ। ਉਹੀ ਗਲਤੀ ਹੈ। ਇਸੇ ਗੱਲ ਨੂੰ ਕਬੀਰ ਹੋਰ ਤਰੀਕੇ ਨਾਲ ਕਹਿ ਰਿਹਾ ਹੈ। ਕਬੀਰ ਸੁਪਨੇ ਜਿਉਂ ਬਰੜਾਏ ਕੇ, ਇਹ ਸੁੱਤੇ ਪਏ ਸੁਰ ਸਾਧਨਾ ਹੁੰਦੀ ਹੁੰਦੀ ਹੈ, ਜਾਗਦਿਆਂ ਨਹੀਂ ਹੁੰਦੀ ਹੁੰਦੀ। ਸੁਰ ਸਾਧਨਾ ਹੋ ਕੇ ਜਾਗ ਪੈਂਦਾ, ਜਦੋਂ ਸੁਰ ਸਾਧੀ ਗਏ ਨਾ ਜਾਗ ਪਿਆ ਉਦੋਂ। ਸੱਚ ਸੁੱਤਿਆਂ ਜਿਹਨਾਂ ਆਰਾਧਿਆ, ਉੱਠਦਿਆਂ ਨਾਮ ਸਵੈ, ਉੱਠਦਿਆਂ ਨੂੰ ਪਤਾ ਲੱਗਦਾ ਸੁਰ ਸਾਧਨਾ ਹੋ ਗਈ। ਜਿੱਦਣ ਸੁਰ ਸਾਧਨਾ ਹੋ ਗਈ ਉਦੋਂ ਜਾਗ ਪਿਆ। ਕਬੀਰ ਇਹ ਕਹਿ ਰਿਹਾ ਸੁਪਨੇ ਜੋ ਬੜਾ, ਦੇਖੋ ਉੱਥੇ ਸੁਪਨਾ ਇਹ ਵੀ ਕਰ ਰਿਹਾ ਹੈ, ਸੁਪਨੇ ਸੁੱਤਾ ਹੀ ਹੁੰਦਾ ਆਦਮੀ। ਕਹਿੰਦਾ ਸੱਚ ਸੁੱਤਿਆਂ ਜਿਹਨਾਂ ਆਰਾਧਿਆ, ਉੱਥੇ ਸੁੱਤੇ ਦੀ ਗੱਲ ਕਰਤੀ, ਇਹ ਤਾਂ ਸੁਪਨੇ ਜੋ ਬਰੜਾਏ ਕੇ, ਗੱਲ ਇਹ ਵੀ ਸੁੱਤਾ ਹੋਇਆ, ਸੁੱਤਾ ਹੀ ਸੁਪਨਾ ਦੇਖ ਰਿਹਾ। ਸੁਪਨੇ ਜੋ ਬਰੜਾਏ ਕੇ ਜੇ ਮੁੱਖ ਨਿਕਸਾ ਰਾਮ 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 ਮੂੰਹ ਚੋਂ ਨਿਕਲ ਜਾਵੇ, ਸੁਰ ਸਾਧਨਾ ਹੋ ਜਾਵੇ, ਸੁਰ ਨਾਲ ਸੁਰ ਮਿਲ ਜਾਵੇ, ਸੁਰ ਸਾਧਨਾ ਹੋ ਗਈ ਜਾਗ ਪਿਆ। ਫਿਰ ਕੀ ਹੈ, ਤਿਸਕੇ ਭਉ ਕੀ ਪਾਣੀ ਮੇਰੇ ਤਨ ਕੋ ਜਾਉ, ਫਿਰ ਕੀ ਉਹ ਤਾਂ ਭਗਤ ਹੋ ਗਿਆ। ਮੇਰੇ ਤਨ ਦਾ ਚਮ ਉਹਦੇ ਜਗਦੇ ਪੈਰ ਦੀ ਜੁੱਤੀ ਹੋ ਜਾਵੇ, ਫਿਰ ਤਨ ਜੁੱਤੀ ਉਹ ਬਣ ਜਾਂਦਾ ਭਗਤ ਦੀ। ਭਗਤ ਦਾ ਜਿਹੜਾ ਸਰੀਰ ਹੈ ਉਹਦੇ ਭਗਤ ਦੀ ਜੁੱਤੀ ਹੁੰਦਾ। ਸਹਿਜੇ ਹੀ ਸੱਚ ਸਮਾਇਆ, ਗੁਰ ਕਿਰਪਾ ਤੇ ਜਾਣਿਆ ਜਿੱਥੇ ਤੂੰ ਆਪ ਬੁਝਾਇਆ, ਸਹਿਜੇ ਹੀ ਸੱਚ ਸਮਾਇਆ। ਬਸ ਗੁਰ ਕਿਰਪਾ ਤੇ ਜਾਣਿਆ, ਗਿਆਨ ਦੀ ਕਿਰਪਾ ਨਾਲ ਸਮਝ ਆਈ। ਆਈ ਕਿੱਥੇ ਆਈ, ਜਿੱਥੇ ਤੂੰ ਆਪ ਬੁਝਾਇਆ, ਤੂੰ ਆਪ ਬੋਲਿਆ ਅੰਦਰੋਂ ਤਾਂ ਬੁਝਿਆ ਉਹਨੇ। ਗਿਆਨ ਦੀ ਕਿਰਪਾ ਨਾਲ ਜਾਣਿਆ, ਪਰ ਜਾਣਿਆ ਜਾਂ ਤੂੰ ਆਪ ਬੁਝਾਇਆ। ਬੁਝਾਉਣ ਦੇ ਵਿੱਚ ਤੇਰੀ ਹੈ, ਜਾਣਨ 'ਚ ਮੇਰੀ ਹੈ। ਮੈਂ ਸਿਰਫ ਜਾਣਿਆ ਵੀ ਇੱਥੋਂ ਮਿਲੂ, ਇਹਨਾਂ ਹੀ ਜਾਣਿਆ ਸੀ, ਪਰ ਮਿਲਿਆ ਤੂੰ ਆਪਣੀ ਮਰਜ਼ੀ ਨਾਲ। ਬੁਝਿਆ ਤੂੰ ਜਦ ਪ੍ਰਗਟ ਹੋਇਆ, ਮੇਰੇ ਗ੍ਰਹਿ ਆਏ ਰਾਜਾ ਜਾਂ ਆਇਆ ਤਾਂ ਹੀ ਬੁਝਿਆ, ਜੇ ਆਉਂਦਾ ਹੀ ਨਾ ਬੁਝਿਆ ਕਿਵੇਂ ਜਾਂਦਾ। ਆਪ ਬੁਝਾਇਆ ਹੈ, ਜਿਸੇ ਬੁਝਾਏ ਸੋ ਬੁਝ ਸੀ। ਜਾਣਿਆ ਸਰ ਬਹਿਣਾ ਵੀ ਇੱਥੇ ਹੈ, ਉਹ ਇੱਥੇ ਹੀ ਹੈ, ਇੱਥੋਂ ਹੀ ਪ੍ਰਗਟ ਹੋਣਾ। ਇਹ ਤਾਂ ਜਾਣ ਲਿਆ ਸੀ, ਪੁਜਾਇਆ ਉਹਨੇ ਜਦ ਪ੍ਰਗਟ ਹੋ ਗਿਆ। ਸਹਿਜੇ ਹੀ ਸੱਚ ਸਮਾਇਆ, ਬਸ ਸਹਿਜੇ ਹੀ ਸੱਚ ਸਮਾਇਆ, ਫਿਰ ਥਿਰ ਹੋ ਗਿਆ ਸਹਿਜ ਅਵਸਥਾ, ਜਾਗਰਤ ਅਵਸਥਾ ਜੋ ਇੱਥੇ ਤਾਂ ਜਾਗਿਆ, ਸੱਚ ਸਮਾਇਆ, ਬਸ ਸੱਚ ਸਮਾ ਗਿਆ। ਫਿਰ ਜਾਗ ਪਿਆ ਜੇ ਮੁਖ ਨਿਕਸਾ ਰਾਮ, ਸਹਿਜ ਅਵਸਥਾ ਜੋ ਕਿ ਜਾਗ ਕੇ ਸਮਾ ਗਿਆ, ਜਾਗੇ ਬਿਨਾਂ ਸਮਾ ਨਹੀਂ ਸਕਦਾ।